ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਸਾਹਿਬ ਜੀ ਕੋਦ ਜਿਸ ਕੋ ਮਾਨਤ ਹੈ ਅਰ ਕੋ ਮਹੇਸ਼ ਕੋ ਇਸ਼ਬ ਤਹਿ ਕੋ ਕਹੈ ਬਿਸਨੋ ਬਿਸਨਾਇਕ ਜਾਹੇ ਭਜੇ ਅਗ ਔਗ ਕਟੈ ਹੈ ਬਾਰ ਹਜ਼ਾਰ ਵਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜ ਜੈ ਹੈ ਤਾਹੀ ਕੋ ਧਿਆਨ ਪ੍ਰਮਾਨ ਹੀ ਏ ਜੋ ਉਥੇ ਅਬ ਹੈ ਅਰ ਅਗੈ ਊ ਹੋਇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਤਿਕਾਰਯੋਗ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦੇ ਪਾਠ, ਕੀਰਤਨ ਅਤੇ ਕਥਾ ਵਿਚਾਰਾਂ ਆਪ ਜੀ ਸਰਵਣ ਕਰ ਰਹੇ ਹੋ। ਬੜੀ ਬਖਸ਼ਿਸ਼ ਕਿਰਪਾ ਹੈ ਇਸ ਅਸਥਾਨ ਉੱਤੇ ਕਿ ਸਵੇਰ ਤੋਂ ਲੈ ਕੇ ਸਵੇਰ ਤੋਂ ਸ਼ਾਮ ਤੱਕ ਦੀਵਾਨ ਸਜੇ ਰਹਿੰਦੇ ਹਨ। ਕਥਾ ਕੀਰਤਨ ਹਰੀ ਜਸ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਸੰਗਤਾਂ ਬਾਣੀ ਦਾ ਲਾਭ ਉਠਾਉਂਦੀਆਂ ਰਹਿੰਦੀਆਂ ਨੇ ਔਰ ਦਸਵੇਂ ਪਾਤਸ਼ਾਹ ਮਹਾਰਾਜ ਪੰਥ ਦੇ ਵਾਲੀ ਸਰਬੰਸਦਾਨੀ ਸ਼ਮਸ਼ੇਰੇ ਬਹਾਦਰ ਦੇਖ ਦੇਖ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋ ਬੜੀ ਬਖਸ਼ਿਸ਼ ਕੀਤੀ ਹੈ, 33 ਸਵਈਆਂ ਦੀ ਬਾਣੀ ਉਚਾਰਨ ਕੀਤੀ ਹੈ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਹਨਾਂ 33 ਸਵਈਆਂ ਦਾ ਐਸਾ ਮਹੱਤਵ ਮੰਨਿਆ ਜਾਂਦਾ ਜੈਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਦੀ 40 ਪੌੜੀਆਂ ਦਾ ਮੰਨਿਆ ਜਾਂਦਾ ਹੈ ਔਰ ਸਤਿਗੁਰੂ ਜੀ ਨੇ ਇਸ ਬਾਣੀ 'ਚ ਜਿੱਥੇ ਪਹਿਲਾਂ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਸਾਰੇ ਸਵਈਏ ਉਚਾਰਨ ਕੀਤੇ ਹੈ, ਪਰਮੇਸ਼ੁਰ ਦਾ ਸਰੂਪ ਦੱਸਿਆ ਹੈ ਵੀ ਪਰਮੇਸ਼ੁਰ ਸੱਤ ਹੈ, ਸਦੀਵ ਕਾਲ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ, ਅਜੂਨੀ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਮਾਤਾ ਪਿਤਾ ਤੋਂ ਬਿਨਾਂ ਹੀ ਆਪਣੇ ਆਪ ਤੋਂ ਹੀ ਹੈ ਔਰ ਨਾ ਪਰਮੇਸ਼ੁਰ ਜੰਮਦਾ ਹੈ ਨਾ ਮਰਦਾ ਹੈ, ਸਦਾ ਸਦਾ ਹੈ। ਕਦੋਂ ਤੋਂ ਕਦੋਂ ਤੱਕ ਇਹ ਗੱਲ ਪਰਮੇਸ਼ੁਰ 'ਤੇ ਲਾਗੂ ਨਹੀਂ ਹੁੰਦੀ, ਕਦੋਂ ਤੋਂ ਕਦੋਂ ਤੱਕ ਇਹ ਜਿਹੜੀ ਗੱਲ ਹੈ ਇਹ ਮਾਇਆ ਦੇ ਪਸਾਰੇ 'ਤੇ ਲਾਗੂ ਹੈ। ਮਾਇਆ ਦਾ ਪਸਾਰਾ ਪ੍ਰਗਟ ਵੀ ਹੁੰਦਾ ਹੈ ਅਤੇ ਮਾਇਆ ਦਾ ਪਸਾਰਾ ਸਮੇਟਿਆ ਵੀ ਜਾਂਦਾ ਹੈ, ਪਰ ਉਹ ਪਰਮੇਸ਼ੁਰ ਨਾ ਪ੍ਰਗਟ ਹੋਇਆ ਨਾ ਸਮੇਟਿਆ ਜਾਏਗਾ, ਉਹ ਸਤਿ ਸਦਰੂਪ ਹੀ ਸਦਾ ਹੀ ਹੈ। ਉਹਦੇ ਉੱਤੇ ਇਹ ਜਿਹੜਾ ਸ਼ੰਕਾ ਹੈ ਜੀਵ ਦੀ ਅਲਪਗਤਾ ਕਰਕੇ ਜੇ ਕੋਈ ਲਾਉਣ ਦੀ ਕੋਸ਼ਿਸ਼ ਕਰੇ ਤਾਂ ਉਹਦੀ ਆਪਣੀ ਮੂਰਖਤਾ ਅਤੇ ਅਗਿਆਨਤਾ ਹੋਵੇਗੀ ਕਿ ਪਰਮਾਤਮਾ ਕਦੋਂ ਤੋਂ ਹੈ ਔਰ ਕਦੋਂ ਤੱਕ ਹੈ, ਇਹ ਗੱਲ ਬਣਦੀ ਨਹੀਂ। ਜੈਸੇ ਸੂਰਜ ਦੇ ਨੇੜੇ ਹਨੇਰਾ ਨਹੀਂ ਆ ਸਕਦਾ, ਇਸੇ ਤਰ੍ਹਾਂ ਪਰਮੇਸ਼ੁਰ ਦੇ ਸਰੂਪ ਦੇ ਨੇੜੇ ਕਦੋਂ ਤੋਂ ਕਦੋਂ ਤੱਕ ਵਾਲੀ ਗੱਲ ਆ ਹੀ ਨਹੀਂ ਸਕਦੀ, ਅਸੰਭਵ ਹੈ।
ਦਸਵੇਂ ਪਾਤਸ਼ਾਹ ਮਹਾਰਾਜ ਜੀ ਉਸ ਤੋਂ ਬਾਅਦ ਦੱਸਦੇ ਆ ਕਿ ਲੋਕ ਜਿਹੜੇ ਨੇ ਐਸੇ ਪਰਮੇਸ਼ਰ ਨੂੰ ਛੱਡ ਕੇ, ਜਿਵੇਂ ਕੋਈ ਬੰਦਾ ਦਰਖਤ ਦੀ ਜੜ੍ਹ ਨੂੰ ਛੱਡ ਕੇ ਟਾਹਣੀਆਂ ਨੂੰ ਪਾਣੀ ਦੇਣ ਲੱਗ ਜਾਵੇ, ਪੱਤਿਆਂ ਨੂੰ, ਟਾਹਣੀਆਂ ਨੂੰ, ਫੁੱਲਾਂ ਨੂੰ, ਫਲਾਂ ਨੂੰ ਤਾਂ ਪਾਣੀ ਦੇਈ ਜਾਂਦਾ ਪਰ ਦਰਖਤ ਦੀ ਜੜ੍ਹ 'ਚ ਨਹੀਂ ਪਾ ਰਿਹਾ, ਉਸ ਨੂੰ ਸਿਆਣਾ ਨਹੀਂ ਕਹਿੰਦੇ, ਉਹਨੂੰ ਮੂਰਖ ਸਮਝਿਆ ਜਾਂਦਾ ਹੈ। ਜੇ ਕੋਈ ਸਿਆਣਾ ਬੰਦਾ ਉਸਨੂੰ ਦੇਖ ਲਵੇ, ਉਹ ਕਹਿੰਦਾ ਭਾਈ ਤੂੰ ਜੜ੍ਹ ਨੂੰ ਪਾਣੀ ਦੇ ਦੇ, ਪੱਤਿਆਂ ਨੂੰ, ਟਾਹਣੀਆਂ ਨੂੰ ਆਪੇ ਆ ਜਾਏਗਾ। ਜੇ ਤੂੰ ਪੱਤਿਆਂ ਨੂੰ ਔਰ ਟਾਹਣੀਆਂ ਨੂੰ ਔਰ ਫੁੱਲਾਂ ਅਤੇ ਫਲਾਂ ਨੂੰ ਪੂਜਣ ਲੱਗ ਪਿਆ, ਜੜ੍ਹ ਨੂੰ ਨਾ ਪੂਜਿਆ, ਤੇਰੀ ਪੂਜਾ ਅਧੂਰੀ ਰਹਿ ਜਾਏਗੀ। 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਲੋਕ, ਪਰ ਜਿਹੜਾ ਸਾਰਿਆਂ ਤੋਂ ਵੱਡਾ ਦੇਵਾਨ ਦੇਵ ਹੈ, ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਰੂਪ ਹੈ, ਉਹਦੀ ਪੂਜਾ ਛੱਡ ਦਿੱਤੀ, ਉਹਦੇ ਤੋਂ ਟੁੱਟ ਗਏ। ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚਿੰਤ ਨਹਿ ਪੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ। ਭਿੰਨ ਭਿੰਨ ਪ੍ਰਕਾਰ ਦੇ ਨਾਲ ਪਰਮੇਸ਼ਰ ਦੀਆਂ ਸਾਖਾਂ ਮੰਨ ਲਈਆਂ। ਸ਼ੈਵ ਮਤ ਵਾਲਿਆਂ ਨੇ, ਸਾਕਤ ਮਤ ਵਾਲਿਆਂ ਨੇ, ਬ੍ਰਹਮਾ ਦੀ ਮਤ ਵਾਲਿਆਂ ਨੇ ਔਰ ਵੈਸ਼ਨੂੰ ਮਤ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਪਰਮੇਸ਼ਰ ਦੇ ਸਰੂਪ ਕਲਪਨ ਕਰ ਲਏ ਹਨ। ਮੁਸਲਮਾਨਾਂ ਦੀ ਆਪਣੀ ਕਲਪਨਾ ਅਤੇ ਈਸਾਈਆਂ ਦੀ ਆਪਣੀ ਕਲਪਨਾ ਬਣ ਗਈ ਹੈ, ਪਰ ਪਰਮ ਤੱਤ ਕਾਹੂ ਨਾ ਪਛਾਣਾ। ਜਿਹੜਾ ਪਰਮ ਤੱਤ ਹੈ ਪਰਮੇਸ਼ਰ, ਉਹਨੂੰ ਪਛਾਣਨੇ ਦਾ ਕਿਸੇ ਨੇ ਯਤਨ ਨਹੀਂ ਕੀਤਾ, ਜੋ ਸਾਰਿਆਂ ਦੇ ਅੰਦਰ ਪ੍ਰਕਾਸ਼ ਰੂਪ ਭਾਵ ਰੂਪ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਇਹਨਾਂ ਸਵਈਆਂ ਵਿੱਚ ਸਾਨੂੰ ਉਸ ਪਰਮਾਤਮਾ ਨਾਲ, ਜੋ ਸਾਰਿਆਂ ਦਾ ਮੁੱਢ ਹੈ, ਸਾਰਿਆਂ ਦਾ ਸਰੋਮਣੀ ਹੈ, ਇੱਕ ਹੈ, ਆਦਿ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਉਸ ਇੱਕ ਨਾਲ ਜੋੜ ਰਹੇ ਨੇ। ਸਤਿਕਾਰਯੋਗ ਸਾਧ ਸੰਗਤ ਜੀ, ਆਓ ਹੁਣ ਆਪਣੀ ਸੁਰਤੀ ਬਿਰਤੀ ਨੂੰ ਸਤਿਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ 'ਚ ਇਕਾਗਰ ਕਰੀਏ, ਇਕਾਗਰ ਚਿੱਤ ਹੋ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਕੋਈ ਬ੍ਰਹਮਾ ਨੂੰ ਹੀ ਪੂਜੀ ਜਾਂਦੇ ਹਨ, ਦਿਜੇਸ਼ ਦਿਜ ਨਾਮ ਹੈ ਬ੍ਰਹਮਾ ਦਾ, ਬ੍ਰਾਹਮਣ ਦਾ, ਕਿਉਂਕਿ ਸੰਸਕ੍ਰਿਤ ਦੇ ਵਿੱਚ ਜਿੰਨਾ ਚਿਰ ਅਸੀਂ ਪ੍ਰਵੇਸ਼ ਨਹੀਂ ਪਾਉਂਦੇ ਉਹਨਾਂ ਚਿਰ ਇਹਨਾਂ ਸ਼ਬਦਾਂ ਦੇ ਅਰਥ ਸਹੀ ਨਹੀਂ ਲੱਗਦੇ। ਸੰਸਕ੍ਰਿਤ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਫਾਰਸੀ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਜਿਹੜੀਆਂ ਜਿਹੜੀਆਂ ਭਾਸ਼ਾਵਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ, ਉਹਨਾਂ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਵੇ ਤਾਂ ਸ਼ਬਦਾਂ ਦੀ ਉਹਨਾਂ ਦੇ ਭਾਵ ਤੱਕ ਪਹੁੰਚਿਆ ਜਾਂਦਾ ਹੈ। ਦਿਜ ਸ਼ਬਦ ਜੋ ਹੈ ਇਹ ਬ੍ਰਾਹਮਣਾਂ ਵਾਸਤੇ ਪ੍ਰਚਲਿਤ ਹੈ, ਪਰੰਤੂ ਇਹਦਾ ਅਰਥ ਬੜਾ ਡੂੰਘਾ ਹੈ। ਦਦੇ ਨੂੰ ਸਿਹਾਰੀ, ਪੈਰਾਂ 'ਚ ਵਾਵਾ ਔਰ ਜੱਜਾ,
ਦ੍ਵਿਜ ਇਹਦਾ ਅਰਥ ਹੈ ਦੋ ਵਾਰੀ ਜੰਮਿਆ ਹੋਇਆ। ਜੋ ਸ਼ਬਦ ਜਿੱਥੇ ਵੀ ਆ ਜਾਂਦਾ ਨਾ ਕਿਤੇ ਗੁਰਬਾਣੀ ਵਿੱਚ ਵੀ ਆ ਜਾਂਦਾ, ਜੋ ਦਾ ਅਰਥ ਹੁੰਦਾ ਜਨਮ ਲੈਣਾ, ਪੈਦਾ ਹੋਣਾ, ਜੰਮਣ ਵਾਲਾ, ਜੰਮਿਆ ਹੋਇਆ। ਜੱਜਾ ਅੱਖਰ ਜੋ ਹੈ ਉਹ ਜਨਮ ਦਾ ਵਾਚਕ ਹੈ, ਜਿਵੇਂ ਦੱਦਾ ਅੱਖਰ ਦੇਣ ਦਾ ਵਾਚਕ ਹੈ। ਦ੍ਵਿਜ ਦਾ ਮਤਲਬ ਹੈ ਦੋ ਵਾਰੀ ਜੰਮਿਆ ਹੋਇਆ। ਦੋ ਵਾਰੀ ਕੌਣ ਜਨਮ ਲੈਂਦਾ ਹੈ? ਦੋ ਵਾਰੀ ਬ੍ਰਾਹਮਣ ਦਾ ਜਨਮ ਹੁੰਦਾ ਹੈ, ਛਤਰੀ ਦਾ ਵੀ ਦੋ ਵਾਰੀ ਜਨਮ ਮੰਨਿਆ। ਇਸ ਕਰਕੇ ਬ੍ਰਾਹਮਣ ਔਰ ਛਤਰੀ ਨੂੰ ਦ੍ਵਿਜ ਜਾਤੀ ਕਹਿੰਦੇ ਹਨ। ਦੋ ਵਾਰੀ ਕਿਵੇਂ ਜੰਮਦਾ? ਤੁਸੀਂ ਕਹੋਗੇ ਵੀ ਜਨਮ ਤਾਂ ਇੱਕੋ ਵਾਰੀ ਹੁੰਦਾ, ਜੇ ਹਰ ਬੰਦੇ ਦੀ ਇੱਕੋ ਹੀ ਬਰਥਡੇ ਹੈ, ਦੋ ਨਹੀਂ। ਪਰ ਖਾਲਸਾ ਜੀ, ਇੱਕ ਵਾਰੀ ਜਨਮ ਹੁੰਦਾ ਮਾਂ ਦੇ ਪੇਟ ਤੋਂ। ਹਰ ਜੀਵ ਦਾ ਹੁੰਦਾ, ਹਰ ਜਾਤੀ ਦਾ ਹੁੰਦਾ, ਬ੍ਰਾਹਮਣ ਦਾ ਵੀ ਹੁੰਦਾ, ਸ਼ੂਦਰ ਦਾ ਵੀ ਹੁੰਦਾ। ਪਰ ਬ੍ਰਾਹਮਣ ਦਾ ਦੋ ਵਾਰੀ ਕਿਉਂ ਹੋਇਆ? ਦੂਸਰੀ ਵਾਰੀ ਕਦੋਂ ਜਨਮ ਹੁੰਦਾ? ਜਦੋਂ ਬ੍ਰਾਹਮਣ ਆਪਣੇ ਗੁਰੂ ਕੋਲੋਂ ਮੰਤਰ ਲੈਂਦਾ, ਜਨੇਊ ਪਾਉਂਦਾ, ਉਸ ਦਿਨ ਉਸਦਾ ਦੂਸਰਾ ਜਨਮ ਹੁੰਦਾ। ਇੱਕ ਜਨਮ ਮਾਂ ਦੇ ਪੇਟ ਤੋਂ ਹੁੰਦਾ, ਇੱਕ ਗੁਰੂ ਦੀ ਕੁੱਲ 'ਚੋਂ ਹੁੰਦਾ। ਖਾਲਸੇ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਦ੍ਵਿਜ ਬਣਾਇਆ ਹੈ। ਦੋ ਜਨਮ ਹੁੰਦੇ ਸਾਡੇ ਵੀ, ਪਹਿਲਾ ਜਨਮ ਮਾਤਾ ਦੇ ਉਧਰ ਤੋਂ ਸਾਰਿਆਂ ਦਾ ਹੋਇਆ, ਦੂਸਰਾ ਜਨਮ ਜਿਸ ਦਿਨ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਪੰਜਾਂ ਪਿਆਰਿਆਂ ਕੋਲੋਂ, ਉਸ ਦਿਨ ਦੂਸਰਾ ਜਨਮ ਹੁੰਦਾ। ਔਰ ਉਹਦੇ ਬਾਰੇ ਬਚਨ ਆਉਂਦਾ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਿਸ ਦਿਨ ਗੁਰੂ ਘਰ 'ਚ ਜਨਮ ਹੁੰਦਾ, ਉਸ ਦਿਨ ਦੁਬਾਰਾ ਜਨਮ ਮਰਨ ਕੱਟਿਆ ਜਾਂਦਾ ਹੈ। ਬ੍ਰਾਹਮਣ ਦੇ ਵੀ ਦੋ ਜਨਮ ਮੰਨੇ ਗਏ ਹਨ, ਕਿਉਂਕਿ ਇੱਥੇ ਪਦ ਦਿਜੇਸ਼ ਆਇਆ ਹੈ। ਕੱਲ੍ਹ ਨੂੰ ਸ਼ੰਕਾ ਨਾ ਰਹਿ ਜਾਵੇ ਵੀ ਦਿਜੇਸ਼ ਦਾ ਅਰਥ ਬ੍ਰਹਮਾ ਕਿਵੇਂ ਬਣਿਆ। ਹਰ ਪਦ ਦੇ ਅਰਥ ਬਣਦੇ, ਉਹਦਾ ਇੱਕ ਮੈਥ ਹੁੰਦਾ, ਇੱਕ ਉਹਦਾ ਹਿਸਾਬ ਹੁੰਦਾ। ਬਿਨਾਂ ਹਿਸਾਬ ਦੇ ਉਹ ਅਰਥ ਨਹੀਂ ਬਣਦਾ। ਅੱਜ ਕੱਲ੍ਹ ਸਾਡੇ ਵਿੱਚ ਕਈ ਐਸੇ ਆ ਜਿਹੜੇ ਧੱਕੇ ਨਾਲ ਹੀ ਅਰਥ ਆਪਣੇ ਆਪਣੇ ਬਣਾਈ ਜਾਂਦੇ ਹੈ। ਪਰ ਜਦੋਂ ਕਿਸੇ ਕਸੌਟੀ 'ਤੇ ਪਰਖੀਏ, ਫਿਰ ਉਹ ਝੂਠੇ ਪੈ ਜਾਂਦੇ, ਦੌੜ ਜਾਂਦੇ, ਸਾਹਮਣੇ ਨਹੀਂ ਖਲੋਂਦੇ। ਹਰ ਚੀਜ਼ ਦਾ ਇੱਕ ਤਰੀਕਾ ਹੈ ਖਾਲਸਾ ਜੀ। ਪਦਾਂ ਦੇ ਪਦਾਰਥ ਬਣਾਉਣੇ, ਅਰਥ ਬਣਾਉਣੇ, ਇਹ ਇੱਕ ਵੱਖਰੀ ਕਲਾ ਹੈ। ਇਸਨੂੰ ਨਿਰੁਕਤ ਕਹਿੰਦੇ ਹਨ। ਸ਼ਬਦ ਦਾ ਉਕਤੀ ਸਹਿਤ ਵਰਣਨ ਕਰਨਾ, ਉਸਨੂੰ ਕਹਿੰਦੇ ਨਿਰੁਕਤ। ਦਲੀਲ ਦੇ ਨਾਲ ਸਿੱਧ ਕਰਨਾ ਵੀ ਇਹ ਸ਼ਬਦ ਦਾ ਇਹੀ ਅਰਥ ਬਣਦਾ ਹੈ। ਐਵੇਂ ਨਹੀਂ, ਹਵਾ 'ਚ ਤਲਵਾਰ ਨਹੀਂ ਮਾਰੀ ਜਾਂਦੀ। ਦਿਜ ਦਾ ਅਰਥ ਹੈ ਦੋ ਵਾਰੀ ਜੰਮਿਆ ਹੋਇਆ। ਦੋ ਵਾਰੀ ਕੌਣ ਜੰਮਦਾ? ਬ੍ਰਾਹਮਣ। ਏਸ, ਕਿਉਂਕਿ ਇਹ ਸ਼ਬਦ ਦੀ ਸੰਧੀ ਹੋਈ, ਦਿਜ ਔਰ ਏਸ ਜੋੜ ਕੇ ਦਿਜੇਸ਼ ਬਣਿਆ ਹੈ। ਏਸ ਦਾ ਮਤਲਬ ਹੁੰਦਾ ਈਸ਼ਵਰ, ਸਵਾਮੀ, ਮਾਲਕ, ਖਸਮ। ਬ੍ਰਾਹਮਣਾਂ ਦਾ ਖਸਮ, ਬ੍ਰਾਹਮਣਾਂ ਦਾ ਮਾਲਕ, ਬ੍ਰਾਹਮਣਾਂ ਦਾ ਰਾਜਾ, ਬ੍ਰਾਹਮਣਾਂ ਦਾ ਸਵਾਮੀ ਕੌਣ ਹੈ? ਬ੍ਰਹਮਾ, ਜਿਸ ਨੇ ਵੇਦ ਉਚਾਰਨ ਕੀਤੇ ਹਨ। ਕਿਉਂਕਿ ਬ੍ਰਹਮਾ ਜੇ ਵੇਦ ਉਚਾਰਨ ਨਾ ਕਰਦਾ, ਬ੍ਰਾਹਮਣ ਕੀ ਪੜ੍ਹਦੇ ਅਤੇ ਕਿਵੇਂ ਗੁਰੂ ਬਣਦੇ? ਇਸ ਕਰਕੇ ਬ੍ਰਹਮਾ ਜੋ ਰਜੋਗੁਣੀ ਬਿਰਤੀ ਵਾਲਾ ਪਰਮੇਸ਼ਰ ਦੀ ਸ਼ਕਤੀ ਲੈ ਕੇ ਪ੍ਰਗਟ ਹੋਇਆ ਹੈ, ਉਹ ਬ੍ਰਾਹਮਣਾਂ ਦਾ ਸਵਾਮੀ ਹੈ।
ਮਹਾਰਾਜ ਕਹਿੰਦੇ ਕਉ ਦਿਜੇਸ ਕੋ ਮਾਨਤ ਹੈ। ਕਈ ਲੋਕ ਬ੍ਰਹਮਾ ਨੂੰ ਹੀ ਰੱਬ ਮੰਨ ਬੈਠੇ ਵੀ ਬ੍ਰਹਮਾ ਹੀ ਰੱਬ ਹੈ, ਉਸ ਤੋਂ ਪਰੇ ਕੁਛ ਨਹੀਂ। ਪਰ ਉਹਨਾਂ ਨੂੰ ਇਹ ਭੁੱਲ ਗਿਆ ਵੀ ਬ੍ਰਹਮਾ ਨੂੰ ਤਾਂ ਪਰਮੇਸ਼ਰ ਨੇ ਪੈਦਾ ਕੀਤਾ ਹੈ ਸ੍ਰਿਸ਼ਟੀ ਦੀ ਰਚਨਾ ਕਰਨ ਵਾਸਤੇ। ਜਿਹੜਾ ਰਚਨਾ ਕਰਨ ਵਾਸਤੇ ਪੈਦਾ ਕੀਤਾ ਪਰਮੇਸ਼ਰ ਨੇ, ਉਹ ਪਰਮੇਸ਼ਰ ਕਿਵੇਂ ਹੋ ਗਿਆ? ਪਰਮੇਸ਼ਰ ਤਾਂ ਉਸ ਤੋਂ ਉੱਪਰ ਹੈ, ਪਰਮੇਸ਼ਰ ਤਾਂ ਉਸ ਤੋਂ ਵੱਡਾ ਹੈ, ਪਰਮੇਸ਼ਰ ਦੇ ਹੁਕਮ ਵਿੱਚ ਉਹ ਪੈਦਾ ਹੋਇਆ। ਭਾਈ ਗੁਰਦਾਸ ਜੀ ਇੱਕ ਪੰਕਤੀ ਲਿਖੀ ਆ, ਕੀਤੇ ਨੂੰ ਕਰਤਾ ਕਰ ਜਾਣਾ। ਕੀਤਾ ਅਤੇ ਕਰਤਾ ਦੋ ਚੀਜ਼ਾਂ ਨੇ। ਕੀਤਾ ਕਰਤਾ, ਮਾਨੋ ਕੋਈ ਦਰਜੀ ਹੈ, ਦਰਜੀ ਕਰਤਾ ਹੈ, ਅਤੇ ਉਹਦਾ ਸੀਤਾ ਹੋਇਆ ਕੱਪੜਾ ਉਹ ਕੀਤਾ ਹੋਇਆ। ਬਣਾਈ ਹੋਈ ਚੀਜ਼ ਨੂੰ ਕਹਿੰਦੇ ਨੇ ਕੀਤਾ, ਅਤੇ ਬਣਾਉਣ ਵਾਲੇ ਨੂੰ ਕਹਿੰਦੇ ਨੇ ਕਰਤਾ। ਬਣਾਉਣ ਵਾਲਾ ਤਾਂ ਪਰਮੇਸ਼ਰ ਹੈ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ, ਅਸੀਂ ਬ੍ਰਹਮੇ ਨੂੰ ਹੀ ਕਰਤਾ ਮੰਨ ਬੈਠੇ। ਗੁਰੂ ਸਾਹਿਬ ਕਹਿੰਦੇ ਕੀਤੇ ਨੂੰ ਕਰਤਾ ਕਰ ਜਾਣਾ, ਇਹੀ ਤਾਂ ਅਗਿਆਨਤਾ ਹੈ, ਇਹੀ ਤਾਂ ਭੁਲੇਖਾ ਹੈ। ਕਉ ਦਿਜੇਸ ਕੋ ਮਾਨਤ ਹੈ, ਕੋਈ ਬ੍ਰਹਮਾ ਨੂੰ ਹੀ ਰੱਬ ਮੰਨੀ ਬੈਠਾ ਹੈ। ਕੋਈ ਮਹੇਸ਼, ਜੋ ਮਹਾ ਈਸ਼ ਵੱਡਾ ਮੰਨਿਆ ਜਾਂਦਾ ਸ਼ਿਵ ਜੀ, ਉਹਨੂੰ ਹੀ ਈਸ਼ਵਰ ਮੰਨੀ ਬੈਠੇ ਆ, ਰੱਬ ਮੰਨੀ ਬੈਠੇ ਆ। ਕਉ ਮਹੇਸ਼ ਕੋ ਇਸ ਬਤਾਇਆ, ਕਹਿੰਦੇ ਸਾਰਿਆਂ ਤੋਂ ਵੱਡਾ ਸ਼ਿਵ ਜੀ। ਸ਼ੈਵ ਮਤ ਵਾਲਿਆਂ ਨੂੰ ਪੁੱਛੋ, ਜਿਹੜੇ ਸ਼ਿਵ ਜੀ ਦੇ ਉਪਾਸਕ ਹਨ, ਉਹੀ ਕਹਿੰਦੇ ਆ ਵੀ ਸ਼ਿਵ ਜੀ ਤੋਂ ਵੱਡਾ ਕੋਈ ਨਹੀਂ। ਬ੍ਰਾਹਮਣਾਂ ਨੂੰ ਪੁੱਛੋ, ਕਹਿੰਦੇ ਬ੍ਰਹਮਾ ਤੋਂ ਵੱਡਾ ਕੋਈ ਨਹੀਂ। ਇਹ ਭੁਲੇਖਾ ਪਿਆ ਹੋਇਆ ਹੈ। ਕਉ ਕਹਿ ਬਿਸਨੋ ਬਿਸਨਾਇਕ, ਜਿਹੜੇ ਵੈਸ਼ਨੂੰ ਮਤ ਵਾਲੇ ਹਨ, ਵੈਸ਼ਨਵ ਹਨ, ਉਹ ਵਿਸ਼ਨੂੰ ਨੂੰ ਮੰਨਦੇ ਹਨ। ਅੱਜ ਕੱਲ੍ਹ ਤਾਂ ਵੈਸ਼ਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਮੀਟ ਆਂਡਾ ਨਾ ਖਾਂਦਾ ਉਹਨੂੰ ਕਹਿੰਦੇ ਵੈਸ਼ਨੂੰ ਹੈ। ਪਰ ਖਾਲਸਾ ਜੀ, ਇਹ ਤਾਂ ਅਸੀਂ ਅਰਥ ਜਿਹੜੇ ਨਾ ਬੜੇ ਛੋਟੇ ਕਰਨ ਲੱਗ ਪਏ ਹਾਂ ਸ਼ਬਦਾਂ ਦੇ। ਵੈਸ਼ਨੂੰ ਦਾ ਮਤਲਬ ਹੈ ਜੋ ਵਿਸ਼ਨੂੰ ਦਾ ਉਪਾਸਕ ਹੈ, ਵਿਸ਼ਨੂੰ ਜਿਹੜਾ ਵਿਸ਼ਵ ਦੇ ਵਿੱਚ ਵਿਆਪਕ ਹੈ। ਪਰੰਤੂ ਕਈਆਂ ਨੇ ਉਸ ਵਿਸ਼ਨੂੰ ਨੂੰ ਮੰਨ ਲਿਆ ਜਿਹੜਾ ਸਤੋ ਗੁਣੀ ਬਿਰਤੀ ਵਾਲਾ, ਪਾਲਣਾ ਕਰਨ ਵਾਲਾ ਦੇਵਤਾ ਹੈ, ਉਹਨੂੰ ਹੀ ਵਿਸ਼ਨੂੰ ਮੰਨ ਬੈਠੇ, ਅਤੇ ਉਹਦੀ ਉਪਾਸ਼ਕਨਾ ਕਰਨ ਵਾਲੇ ਵੈਸ਼ਨਵ ਕੁਆਣ ਲੱਗ ਪਏ। ਕਉ ਕਹਿ ਬਿਸ਼ਨੋ ਬਿਸ਼ਨਾਇਕ, ਬਿਸ਼ਨਾਇਕ ਦਾ ਮਤਲਬ ਵਿਸ਼ਵ ਦਾ, ਵਰਲਡ ਦਾ ਨਾਇਕ, ਰਾਜਾ, ਸਵਾਮੀ। ਕਈ ਜਿਹੜੇ ਹਨ ਉਹ ਵਿਸ਼ਨੂੰ ਨੂੰ ਹੀ ਸਾਰੇ ਸੰਸਾਰ ਦਾ ਸਵਾਮੀ ਮੰਨ ਕੇ ਉਹਦੀ ਉਪਾਸ਼ਨਾ ਕਰੀ ਜਾਂਦੇ ਹਨ, ਪਰ ਜੋ ਕਰਤਾ ਪੁਰਖ ਪਰਮੇਸ਼ਰ ਹੈ ਉਹਦਾ ਨਾਮ ਨਹੀਂ ਜਪਦੇ। ਜਾਹੇ ਭਜੇ ਅਗ ਓਗ ਕਟੈ ਹੈ, ਉਹ ਕਹਿੰਦੇ ਨੇ ਜਿਹੜੇ ਵੈਸ਼ਨੂੰ ਲੋਕ ਨੇ, ਵੈਸ਼ਨਵ ਭਗਤ ਨੇ, ਉਹ ਕਹਿੰਦੇ ਵਿਸ਼ਨੂੰ ਦਾ ਭਜਨ ਕਰੋ, ਤੁਹਾਡੇ ਪਾਪ ਕੱਟੇ ਜਾਣਗੇ। ਜਾਹੇ ਭਜੇ ਅਗ ਓਗ ਮਿਟੈ ਹੈ, ਵੱਡੇ ਵੱਡੇ ਬਜਰ ਪਾਪ ਉਤਰ ਜਾਣਗੇ, ਇੱਦਾਂ ਕਹਿੰਦੇ ਹਨ। ਹੁਣ ਮਹਾਰਾਜ ਕਹਿੰਦੇ ਹੈ, ਇਹ ਮੂਰਖ ਤੂੰ ਹਜ਼ਾਰ ਵਾਰੀ ਸੋਚ। ਜੜ ਨਾਮ ਮੂਰਖ ਦਾ ਹੈ, ਜਿਹਦੀ ਬੁੱਧੀ ਜੜ ਵਰਗੀ ਹੋਵੇ, ਨਾ ਸਮਝ ਸਕੇ ਨਾ ਸੁਣ ਸਕੇ। ਦੋ ਚੀਜ਼ਾਂ ਹੁੰਦੀਆਂ ਖਾਲਸਾ ਜੀ, ਇੱਕ ਜੜ ਹੁੰਦਾ, ਇੱਕ ਚੇਤਨ ਹੁੰਦਾ।
ਜੜ ਕਹਿੰਦੇ ਹੈ ਜਿਹੜਾ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਸਰੇ ਨੂੰ ਵੀ ਨਾ ਜਾਣੇ। ਚੇਤਨ ਉਹਨੂੰ ਕਹਿੰਦੇ ਹੈ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਸਰੇ ਨੂੰ ਵੀ ਜਾਣਦਾ ਹੋਵੇ। ਜਿਵੇਂ ਆਦਮੀ ਚੇਤਨ ਹੈ, ਉਹਨੂੰ ਪਤਾ ਵੀ ਮੈਂ ਫਲਾਣਾ ਬੰਦਾ ਹਾਂ, ਮੈਂ ਇਨਸਾਨ ਹਾਂ ਜਾਂ ਮੈਂ ਬੰਦਾ ਹਾਂ, ਅਤੇ ਫਲਾਣ ਦੂਜਾ ਕੌਣ ਹੈ ਉਹਨੂੰ ਇਹ ਵੀ ਪਤਾ ਵੀ ਇਹ ਪੱਥਰ ਹੈ, ਇਹ ਲੋਹਾ ਹੈ, ਇਹ ਪਹਾੜ ਹੈ, ਇਹ ਦਰਿਆ ਹੈ, ਇਹ ਜੰਗਲ ਹੈ, ਇਹ ਸ਼ਹਿਰ ਹੈ। ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਦੂਸਰੇ ਨੂੰ ਵੀ ਜਾਣਦਾ ਹੈ ਉਸਨੂੰ ਕਹਿੰਦੇ ਹਨ ਚੇਤਨ। ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ, ਦੂਸਰੇ ਨੂੰ ਨਹੀਂ ਜਾਣਦਾ, ਉਹਨੂੰ ਕਹਿੰਦੇ ਨੇ ਜੜ। ਇੱਥੇ ਜਿਹੜੇ ਚੇਤਨ ਇਨਸਾਨ ਹਨ ਉਹ ਵੀ ਜੜ ਬਣੇ ਬੈਠੇ ਹਨ। ਕਿਉਂ? ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਕੌਣ ਹਾਂ ਅਤੇ ਇਹ ਸੰਸਾਰ ਕੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੇਤਨ ਤਾਂ ਹੁੰਦਿਆਂ ਵੀ ਅਚੇਤ ਹੋ ਜਾਣ ਅਤੇ ਉਸਨੂੰ ਮਹਾਂਜੜ ਕਹਿੰਦੇ ਹਨ। ਪਾਤਸ਼ਾਹ ਕਹਿੰਦੇ ਬਾਰ ਹਜ਼ਾਰ ਵਿਚਾਰ ਅਰੇ ਜੜ, ਹਜ਼ਾਰਾਂ ਬਾਰ ਹੇ ਮੂਰਖ ਤੂੰ ਵਿਚਾਰ ਕਰ, ਸੋਚ ਸਮਝ। ਅੰਤ ਸਮੇਂ ਸਭ ਹੀ ਤਜ ਜਹੈ, ਅੰਤ ਵੇਲੇ ਤੈਨੂੰ ਸਾਰਿਆਂ ਨੇ ਛੱਡ ਜਾਣਾ ਹੈ। ਅੰਤ ਵੇਲੇ ਕਿਸੇ ਦੇਵੀ ਦੇਵਤਾ ਨੇ ਤੇਰਾ ਸਾਥ ਨਹੀਂ ਦੇਣਾ, ਕਿਉਂਕਿ ਜਿਨ੍ਹਾਂ ਜਿਨ੍ਹਾਂ ਦੀ ਤੂੰ ਉਪਾਸ਼ਨਾ ਕਰ ਰਿਹਾ ਹੈ ਉਹਨਾਂ ਵਿੱਚੋਂ ਅੰਤ ਵੇਲੇ ਕੋਈ ਕੰਮ ਨਹੀਂ ਆਉਂਦਾ। ਤੂੰ ਕਹੀਏ ਤੇ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਦੇਵੀ ਦੀ ਉਪਾਸ਼ਨਾ ਕਰਨ ਵਾਲੇ ਕਹਿੰਦੇ ਆ ਵੀ ਦੇਵੀ ਸਾਨੂੰ ਸਾਰਾ ਕੁਝ ਦਿੰਦੀ ਹੈ, ਪਰ ਮਹਾਰਾਜ ਕਹਿੰਦੇ ਆ ਵੀ ਸਾਰਾ ਕੁਝ ਦਿੰਦੀ ਮੁਕਤੀ ਨਹੀਂ ਦਿੰਦੀ। ਇਹ ਦੇਵੀ ਦੇ ਗ੍ਰੰਥਾਂ ਵਿੱਚ ਵੀ ਹੈ। ਉਹ ਆਪ ਕਹਿੰਦੀ ਮੈਂ ਨਹੀਂ ਦੇ ਸਕਦੀ। ਨਕੋਦਰ ਦੇ ਲਾਗੇ ਇੱਕ ਪਿੰਡ ਹੈ ਮਲਸੀਆਂ, ਜਲੰਧਰ ਨਕੋਦਰ ਦੇ ਇਲਾਕੇ ਦੇ, ਉੱਥੇ ਮੈਲਸੀਆਂ ਪਿੰਡ ਦੇ ਵਿੱਚ ਇੱਕ ਚੌਧਰੀ ਸੀਗਾ ਜਿਹਦਾ ਨਾਮ ਸੀ ਭਗੀਰਥ। ਉਹ ਭਗੀਰਥ ਚੌਧਰੀ ਦਿਨ ਰਾਤ ਕਾਲੀ ਮਾਤਾ ਦੀ ਉਪਾਸ਼ਨਾ ਕਰਦਾ ਸੀ, ਭਗਉਤੀ ਨੂੰ, ਭਵਾਨੀ ਨੂੰ, ਚੰਡੀ ਨੂੰ, ਦੇਵੀ ਨੂੰ ਪੂਜਦਾ ਸੀ, ਦੇਵੀ ਉੱਤੇ ਬੜੀ ਸ਼ਰਧਾ ਰੱਖਦਾ ਸੀ। ਅਤੇ ਉਹਦੀ ਇਹ ਭਾਵਨਾ ਕਈ ਸਾਲਾਂ ਤੋਂ ਬਣਦੀ 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 ਬਹੁਤ ਜਦੋਂ ਵੱਧ ਗਈ, ਇੱਕ ਦਿਨ ਖਾਲਸਾ ਜੀ ਉਹਦੇ ਮਨ 'ਚ ਆਇਆ ਵੀ ਮੈਂ ਦੇਵੀ ਮਾਤਾ ਨੂੰ ਪ੍ਰਤੱਖ ਕਰਕੇ ਉਹਦੇ ਦਰਸ਼ਨ ਕਰਾਂ ਅਤੇ ਉਹਦੇ ਦਰਸ਼ਨ ਕਰਕੇ ਉਹਦੇ ਕੋਲੋਂ ਮੁਕਤੀ ਮੰਗਾਂ, ਕਿਉਂਕਿ ਜਨਮ ਮਰਨ ਦਾ ਚੱਕਰ ਤਾਂ ਸਭ ਨੂੰ ਪਤਾ ਵੀ ਪਿਆ ਹੋਇਆ, ਮੇਰੀ ਮੁਕਤੀ ਹੋ ਜਾਵੇ, ਮੇਰਾ ਜਨਮ ਮਰਨ, ਮੇਰੀ 84 ਕੱਟੀ ਜਾਵੇ। ਇਸ ਕਰਕੇ ਉਸਨੇ ਦੇਵੀ ਮਾਤਾ ਦੇ ਮੰਦਰ ਵਿੱਚ ਇੱਕ ਦਿਨ ਚੌਂਕੜਾ ਲਾ ਲਿਆ। ਸਵੇਰ ਦਾ ਬੈਠਾ, ਨਾ ਭੋਜਨ ਨਾ ਪਾਣੀ, ਅੰਨ ਜਲ ਛੱਡ ਕੇ ਚੌਂਕੜਾ ਲਾ ਲਿਆ। ਹੇ ਮਾਤਾ, ਜੇ ਤੂੰ ਮੈਨੂੰ ਦਰਸ਼ਨ ਦੇਵੇਂਗੀ ਤਾਂ ਹੀ ਪਾਣੀ ਪੀਵਾਂਗਾ, ਤਾਂ ਹੀ ਰੋਟੀ ਖਾਵਾਂਗਾ, ਤਾਂ ਹੀ ਇੱਥੋਂ ਉੱਠਾਂਗਾ, ਨਹੀਂ ਤਾਂ ਮੈਂ ਤੇਰੇ ਬੂਹੇ 'ਤੇ ਭੁੱਖਾ ਮਰ ਜਾਵਾਂਗਾ। ਚੌਧਰੀ ਭਗੀਰਥ ਦਿਨ ਦਾ ਬੈਠਾ, ਰਾਤ ਬੀਤ ਗਈ, ਦੂਸਰਾ ਦਿਨ ਹੋ ਗਿਆ, ਦੂਸਰੀ ਰਾਤ ਆ ਗਈ। ਹੁਣ ਸਰੀਰ ਦੇ ਵਿੱਚ
ਜਿਹੜੀ ਐਨਰਜੀ ਆ ਉਹ ਤਾਂ ਪਾਣੀ ਅਤੇ ਅੰਨ ਨਾਲ ਹੀ ਜਾਂਦੀ ਹੈ। ਸਰੀਰ ਨਿਢਾਲ ਹੋਣ ਲੱਗਾ ਪਰ ਬੈਠੇ ਨੇ ਆਪਣਾ ਹੱਥ ਨਹੀਂ ਛੱਡਿਆ। ਜਦੋਂ ਦੂਸਰੀ ਰਾਤ ਬੈਠੇ ਨੂੰ ਝਪਕਾ ਜਿਹਾ ਆਇਆ, ਨੀਂਦ ਆਈ ਅਤੇ ਬੈਠੇ ਬੈਠੇ ਨੂੰ ਸੁਪਨਾ ਆਇਆ। ਸੁਪਨੇ ਵਿੱਚ ਦੇਵੀ ਮਾਤਾ ਦੇ ਦਰਸ਼ਨ ਹੋਏ। ਦੇਵੀ ਮਾਤਾ ਕਹਿਣ ਲੱਗੀ, ਤੂੰ ਮੇਰਾ ਭਗਤ ਹੈ, ਕੀ ਚਾਹੁੰਦਾ ਹੈ, ਕੀ ਮੰਗਦਾ ਹੈ, ਕੀ ਲੈਣਾ ਤੂੰ ਮੇਰੇ ਤੋਂ, ਮੇਰੇ ਬੂਹੇ 'ਤੇ ਹੱਠ ਕਰਕੇ ਬੈਠਾ। ਕਹਿਣ ਲੱਗਾ, ਮਾਤਾ ਮੁਕਤੀ ਲੈਣੀ ਹੈ, ਮੇਰਾ ਜਨਮ ਮਰਨ ਕੱਟ ਦੇ, ਮੇਰਾ ਉਧਾਰ ਹੋ ਜਾਵੇ, ਮੇਰਾ ਜੰਮਣ ਮਰਨ ਮੁੱਕ ਜਾਵੇ, ਮੇਰੀ ਆਤਮਾ ਨੂੰ ਮਰਨ ਤੋਂ ਬਾਅਦ ਭਟਕਣਾ ਨਾ ਪਵੇ ਨਰਕਾਂ ਸੁਰਗਾਂ ਵਿੱਚ, ਜੰਮਣ ਮਰਨ ਵਿੱਚ, ਜੂਨੀਆਂ ਵਿੱਚ ਨਾ ਪਾਵਾਂ। ਮਾਤਾ ਕਹਿਣ ਲੱਗੀ, ਤੂੰ ਮੇਰਾ ਪੁੱਤਰ ਹੈ, ਮੇਰਾ ਭਗਤ ਹੈ, ਮੈਂ ਤੇਰੀਆਂ ਝੋਲੀਆਂ ਭਰਨ ਲਈ ਹਰ ਵੇਲੇ ਹਾਜ਼ਰ ਹਾਂ, ਜੋ ਤੂੰ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ। ਰਾਜ ਮੰਗ ਲੈ, ਸੋਨਾ ਚਾਂਦੀ ਮੰਗ ਲੈ, ਧੀਆਂ ਪੁੱਤਰ ਮੰਗ ਲੈ, ਸ਼ੋਭਾ ਵਡਿਆਈ ਮੰਗ ਲੈ, ਦੁਨੀਆਂ ਦੇ ਵਿੱਚ ਜੋ ਮਰਜ਼ੀ ਮੰਗ ਲੈ ਮੈਂ ਤੈਨੂੰ ਦੇ ਸਕਦੀ ਹਾਂ, ਪਰ ਮੇਰੇ ਭਗਤ ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ, ਮੁਕਤੀ ਮੇਰੇ ਕੋਲ ਨਹੀਂ ਹੈ, ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ, ਭੁਗਤੀ ਦੇ ਸਕਦੀ ਹਾਂ, ਵਡਿਆਈ ਦੇ ਸਕਦੀ ਹਾਂ, ਸੋਭਾ ਲੈ ਲੈ, ਪੁੱਤਰ ਧੀਆਂ ਲੈ ਲੈ, ਸੋਨਾ ਚਾਂਦੀ ਲੈ ਲੈ, ਉਹ ਤੈਨੂੰ ਦੇ ਦਿਆਂਗੀ, ਪਰ ਜੇ ਤੂੰ ਆਖੇ ਵੀ ਮੁਕਤੀ, ਮੁਕਤੀ ਨਹੀਂ ਦੇ ਸਕਦੀ। ਕਹਿਣ ਲੱਗਾ, ਮਾਂ ਮੈਂ ਤਾਂ ਚਾਹੁੰਦਾ ਹੀ ਮੁਕਤੀ ਹਾਂ, ਮੈਂ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨਹੀਂ। ਮਾਤਾ ਕਹਿਣ ਲੱਗੀ, ਜੇ ਮੁਕਤੀ ਲੈਣੀ ਹੈ ਨਾ ਤਾਂ ਜਿੱਥੇ ਤੂੰ ਬੈਠਾ ਇੱਥੋਂ ਥੋੜ੍ਹੀ ਦੂਰੀ 'ਤੇ ਪਿੰਡ ਸੁਲਤਾਨਪੁਰ ਹੈ, ਉੱਥੇ ਮੋਦੀਖਾਨੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਨਿਰੰਕਾਰ ਈਸ਼ਵਰ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ, 13-13 ਕਰਕੇ ਤੋਲਦੇ ਨੇ, ਉਹਨਾਂ ਦੀ ਨਿਸ਼ਾਨੀ ਵੱਖਰੀ ਹੈ। ਨਾਨਕ ਮੋਦੀ ਕਰਕੇ ਦੁਨੀਆ ਜਾਣਦੀ ਹੈ, ਉਹਨਾਂ ਕੋਲ ਚਲਾ ਜਾ, ਉਹਨਾਂ ਦੇ ਚਰਨ ਪਕੜ ਲੈ, ਉਹ ਤੈਨੂੰ ਮੁਕਤੀ ਵੀ ਦੇ ਸਕਦੇ ਆ, ਭੁਗਤੀ ਵੀ ਦੇ ਸਕਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਨਕੋਦਰ ਤੋਂ, ਮਲਸੀਆਂ ਤੋਂ ਇਹ ਚੌਧਰੀ ਤੁਰਿਆ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਗਰ ਸੁਲਤਾਨਪੁਰ ਸਾਹਿਬ, ਜਿੱਥੇ ਮੋਦੀਖਾਨੇ 'ਚ ਹੱਟ ਸਾਹਿਬ 'ਚ ਮਹਾਰਾਜ ਬੈਠੇ 13-13 ਕਰਕੇ ਤੋਲਦੇ ਸਨ, ਗਰੀਬਾਂ ਅਨਾਥਾਂ ਨੂੰ, ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਪਾਲਦੇ ਸਨ, ਉੱਥੇ ਜਾ ਕੇ ਸਤਿਗੁਰੂ ਪਾਤਸ਼ਾਹ ਦੇ ਚਰਨ ਫੜੇ, ਮੱਥਾ ਟੇਕਿਆ, ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਆਇਆ, ਦੇਵੀ ਮਾਤਾ ਨੇ ਦਰਸ਼ਨ ਦੇ ਕੇ ਕਿਹਾ ਹੈ ਵੀ ਤੂੰ ਉਹਨਾਂ ਕੋਲ ਚਲੇ ਜਾਓ, ਕਿਉਂਕਿ ਦੇਵੀ ਮਾਤਾ ਨੇ ਮੈਨੂੰ ਮੁਕਤੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਮੈਂ ਉਹਨਾਂ ਨੂੰ ਪੁੱਛਿਆ ਸੀ ਮੁਕਤੀ ਮਿਲੇਗੀ ਕਿੱਥੋਂ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਕੋਲੋਂ ਮਿਲੇਗੀ। ਸੋ ਸਾਧ ਸੰਗਤ ਜੀ, ਭਾਈ ਭਗੀਰਥ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸੇਵਕ ਬਣ ਕੇ ਰਹੇ, ਬੜੇ ਵੱਡੇ ਚੌਧਰੀ ਸਨ, ਆਪਣੀ ਚੌਧਰ ਦਾ ਹੰਕਾਰ ਛੱਡ ਦਿੱਤਾ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਨਿਮਾਣਾ ਹੋ ਕੇ, ਨਿਸ਼ਕਾਮ ਹੋ ਕੇ ਸੇਵਾ ਕੀਤੀ, ਬ੍ਰਹਮ ਗਿਆਨ ਦੀ ਪਦਵੀ 'ਤੇ ਪਹੁੰਚੇ, ਪਰਮੇਸ਼ੁਰ ਦਾ, ਵਾਹਿਗੁਰੂ ਦਾ ਸਰੂਪ ਸਾਕਸ਼ਾਤ ਹੋ ਗਿਆ।
ਹੁਣ ਦੇਵੀ ਦੇਵਤੇ ਖੁਦ ਕਹਿੰਦੇ ਆ ਵੀ ਸਾਡੇ ਕੋਲੋਂ ਮੁਕਤੀ ਨਾ ਮੰਗੋ, ਭੁਗਤੀ ਮੰਗ ਲਓ, ਰਾਜ ਭਾਗ ਮੰਗ ਲਓ, ਵਰਦਾਨ ਮੰਗ ਲਓ, ਧੀਆਂ ਪੁੱਤਰ ਮੰਗ ਲਓ, ਦੇ ਦਿਆਂਗੇ, ਪਰ ਮੁਕਤੀ ਨਹੀਂ ਦੇ ਸਕਦੇ। ਅਤੇ ਗੁਰੂ ਕਲਗੀਧਰ ਪਾਤਸ਼ਾਹ ਉਹ ਗੱਲ ਕਹਿੰਦੇ ਆ ਵੀ ਜਿੱਥੋਂ ਮੁਕਤੀ ਮਿਲਣੀ ਨਹੀਂ ਤੁਸੀਂ ਉੱਥੇ ਕਿਉਂ ਟੱਕਰਾਂ ਮਾਰਦੇ ਹੋ, ਜਿਹੜੀ ਚੀਜ਼ ਜਿੱਥੋਂ ਨਹੀਂ ਮਿਲਣੀ ਉੱਥੇ ਨਾ ਜਾਓ, ਉਹ ਤਾਂ ਗੁਰੂ ਚਰਨਾਂ 'ਚ ਹੀ ਪਰਮੇਸ਼ਰ ਦੀ ਨਾਮ ਦੇ ਵਿੱਚੋਂ ਹੀ ਮੁਕਤੀ ਮਿਲਣੀ ਹੈ। ਬਾਰ ਹਜ਼ਾਰ ਵਿਚਾਰ ਅਰੇ ਜੜ, ਹਜ਼ਾਰਾਂ ਵਾਰ ਮੂਰਖੋ ਸੋਚ ਲਓ, ਇਹਨਾਂ ਦੇਵੀ ਦੇਵਤਿਆਂ ਨੇ ਤੁਹਾਨੂੰ ਅੰਤ ਵੇਲੇ ਸਾਥ ਨਹੀਂ ਜੇ ਦੇਣਾ, ਅੰਤ ਵੇਲੇ ਗੱਲ ਨਹੀਂ ਬਣਨੀ। ਤਾਹੀ ਕੋ ਧਿਆਨ ਪ੍ਰਮਾਨ ਹੀਏ, ਅੰਤ ਸਮੇਂ ਸਭ ਹੀ ਤਜ ਜਹਿ, ਅੰਤ ਨੂੰ ਇਹ ਸਾਰੇ ਤੈਨੂੰ ਛੱਡ ਜਾਣਗੇ। ਉਸ ਵੇਲੇ ਤੈਨੂੰ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦੇ ਨਾਮ ਦੀ ਲੋੜ ਪੈਣੀ, ਉਹ ਤੂੰ ਜਪਿਆ ਨਹੀਂ ਹੋਣਾ, ਫਿਰ ਤੂੰ ਔਖਾ ਹੋਏਗਾ। ਇਸ ਕਰਕੇ ਮਿੱਤਰਾ ਸੁਣ ਲੈ, ਤਾਂ ਹੀ ਕੋ ਧਿਆਨ ਪ੍ਰਮਾਣ ਹੀ ਏ, ਉਸ ਵਾਹਿਗੁਰੂ ਦੇ ਧਿਆਨ ਨੂੰ ਹੀ ਪ੍ਰਮਾਣ ਕਰ ਲੈ, ਆਪਣੇ ਗਿਆਨ ਇੰਦਰੀਆਂ ਕਰਕੇ, ਆਪਣੇ ਕਰਮ ਇੰਦਰੀਆਂ ਕਰਕੇ ਆਪਣਾ ਧਿਆਨ ਲਾਉਣਾ। ਜੋ ਪ੍ਰਮਾਣ ਸ਼ਬਦ ਹੈ, ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਪਰਮਾ ਜਮਾਂ ਅਣੂ, ਪਰਮਾ ਨਾਮ ਹੈ ਬਿਰਤੀ ਦਾ। ਜੋ ਨੇਤਰਾਂ ਦੁਆਰਾ, ਅੱਖਾਂ ਦੁਆਰਾ ਧਿਆਨ ਨਿਕਲ ਕੇ ਬਾਹਰ ਜਾਂਦਾ ਹੈ, ਜੋ ਕੰਨਾਂ ਦੁਆਰਾ ਧਿਆਨ ਬਾਹਰ ਜਾਂਦਾ ਹੈ, ਜੋ ਚਮੜੀ ਦੁਆਰਾ ਧਿਆਨ ਬਾਹਰ ਜਾਂਦਾ ਹੈ, ਜੋ ਰਸਨਾ ਦੁਆਰਾ ਧਿਆਨ ਬਾਹਰ ਜਾਂਦਾ ਹੈ, ਜੋ ਨਾਸਕਾ ਦੁਆਰਾ ਧਿਆਨ ਬਾਹਰ ਜਾਂਦਾ ਹੈ, ਉਹਨੂੰ ਆਪਣੇ ਪਰਮੇਸ਼ਰ ਵੱਲ ਲਾ ਦਿਓ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ। ਅੰਤਰ ਭਾਵ ਹਿਰਦੇ ਕਰਕੇ ਵਾਹਿਗੁਰੂ 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 'ਚ ਧਿਆਨ ਲੱਗੇ। ਨੇਤਰਾਂ ਨਾਲ ਸਤਿਗੁਰਾਂ ਦੇ, ਗੁਰੂ ਕੇ ਸਥਾਨਾਂ ਦੇ, ਗੁਰੂ ਕੇ ਨਿਸ਼ਾਨਾਂ ਦੇ ਦਰਸ਼ਨ ਕਰੇ। ਕੰਨਾਂ ਕਰਕੇ ਗੁਰੂ ਦੀ ਬਾਣੀ ਦਾ ਕੀਰਤਨ ਜਾਂ ਕਥਾ ਸੁਣੇ। ਰਸਨਾਂ ਨਾਲ ਵਾਹਿਗੁਰੂ ਵਾਹਿਗੁਰੂ ਜਪੇ। ਹੱਥਾਂ ਨਾਲ ਗੁਰੂ ਘਰ ਦੀ ਸੇਵਾ ਕਰੇ। ਪੈਰਾਂ ਨਾਲ ਗੁਰੂ ਘਰ ਦੀ ਯਾਤਰਾ ਕਰੇ। ਤਾਂ ਇਹ ਧਿਆਨ ਬਣਦਾ, ਇਹਨੂੰ ਕਹਿੰਦੇ ਪ੍ਰਮਾਣ। ਜੋ ਸਾਡੀਆਂ ਬਿਰਤੀਆਂ ਦੇ ਵਿੱਚ ਪਰਮੇਸ਼ਰ ਨੂੰ ਪ੍ਰਮਾਣ ਮੰਨ ਲਵੇ, ਤਾਂ ਸਮਝੋ ਗੱਲ ਬਣ ਜਾਂਦੀ ਹੈ। ਤਾਂ ਹੀ ਕੋ ਧਿਆਨ ਪ੍ਰਮਾਣ ਹੀ ਏ। ਹਾਂਜੀ, ਜੋ ਉਥੇ ਅਬ ਹੈ ਯਾਰ ਆਗੈ ਉਹੈ ਹੈ, ਜੋ ਉਥੇ, ਜੋ ਵਾਹਿਗੁਰੂ ਪਹਿਲੇ ਵੀ ਸੀਗਾ, ਪਹਿਲੇ ਵੀ ਉਹ ਵਾਹਿਗੁਰੂ ਸੀ। ਇਹ ਨਹੀਂ ਕਦੀ ਕਹਿ ਸਕਦੇ ਵੀ ਕਿਸੇ ਸਮੇਂ ਪਰਮਾਤਮਾ ਨਹੀਂ ਸੀਗਾ। ਹੋਰ ਸਾਰੀਆਂ ਚੀਜ਼ਾਂ ਬਾਅਦ 'ਚ ਪੈਦਾ ਹੋਈਆਂ ਨੇ, ਪਰਮਾਤਮਾ ਪਹਿਲੇ ਤੋਂ ਹੀ ਹੈ। ਬਲਕਿ 33 ਕਰੋੜ ਦੇਵੀ ਦੇਵਤੇ ਪਰਮੇਸ਼ਰ ਨੇ ਪੈਦਾ ਕੀਤੇ ਹਨ, ਇਹ ਅਨਾਦੀ ਨਹੀਂ ਹਨ। ਇਹਨਾਂ ਦਾ ਸਾਰਿਆਂ ਦਾ ਜਨਮ ਹੁੰਦਾ। ਸੂਰਜ ਦਾ ਵੀ ਜਨਮ ਹੋਇਆ, ਚੰਦਰਮਾ ਦਾ ਵੀ ਜਨਮ ਹੋਇਆ, ਅੱਗ ਪਾਣੀ ਇਹ ਸਾਰੇ ਦੇਵਤੇ ਪੈਦਾ ਕੀਤੇ ਗਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜਿਆ, ਘਾਟ ਘਾਟ ਜੋਤ ਸਮੋਏ। ਪਰਮਾਤਮਾ ਤੋਂ ਹਵਾ ਪੈਦਾ ਹੋਈ,
ਤੇ ਪਵਨ ਤੋਂ ਜਲ, ਜਲ ਤੋਂ ਅਗਨੀ ਆਦਿਕ ਪੈਦਾ ਹੋਏ ਤੇ ਪੰਜੇ ਤੱਤਾਂ ਤੋਂ ਫਿਰ ਕਰਮਵਾਰ ਸ੍ਰਿਸ਼ਟੀ ਦੀ ਰਚਨਾ ਹੋਈ। ਪਰੰਤੂ ਪਰਮੇਸ਼ੁਰ ਕਿਹਦੇ ਤੋਂ ਹੋਇਆ? ਉਹ ਆਪਣੇ ਆਪ ਤੋਂ ਹੀ ਸਹਿ ਭੰਗ। ਇਸ ਕਰਕੇ ਜੋ ਸਹਿ ਭੰਗ ਹੈ ਉਹਨੂੰ ਛੱਡ ਕੇ ਬਣਾਏ ਹੋਈਆਂ ਚੀਜ਼ਾਂ ਦੇ ਮਗਰ ਨਾ ਲੱਗੋ। ਪਰਮਾਤਮਾ ਨੂੰ ਜੋ ਜੋ ਉੱਥੇ ਅਬ ਹੈ ਔਰ ਆਗੇ ਹੀ ਹੋਇਆ ਹੈ, ਜੋ ਪਹਿਲੇ ਵੀ ਸੀ ਹੁਣ ਵੀ ਹੈ ਅਤੇ ਅੱਗੇ ਵੀ ਰਹੇਗਾ, ਤੁਸੀਂ ਉਸ ਪਰਮਾਤਮਾ ਦਾ ਨਾਮ ਜਪੋ। ਕੋਟਕ ਇੰਦਰ ਕਰੇ ਜਿਹੇ ਕੇ, ਜਿਸ ਵਾਹਿਗੁਰੂ ਨੇ ਕਰੋੜਾਂ ਇੰਦਰ ਪੈਦਾ ਕੀਤੇ ਹੈ। ਕਈ ਇੰਦਰ ਦੀ ਪੂਜਾ ਕਰਦੇ, ਉਹ ਇੰਦਰ ਨੂੰ ਹੀ ਰੱਬ ਸਮਝੀ ਬੈਠੇ, ਇੰਦਰ ਨੂੰ ਹੀ ਅੰਨਦਾਤਾ ਸਮਝਦੇ ਹੈ। ਉਹ ਕਹਿੰਦੇ ਜੇ ਇੰਦਰ ਮੀਂਹ ਨਾ ਪਾਵੇਗਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਇਹਦਾ ਭਰਮ ਤਾਂ ਸ੍ਰੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਦੁਆਪਰ ਯੁੱਗ ਵਿੱਚ ਦੂਰ ਕਰ ਦਿੱਤਾ ਸੀ, ਕਿਉਂਕਿ ਦੁਆਪਰ ਯੁੱਗ ਦੇ ਵਿੱਚ ਗਵਾਲੇ ਜਿਨ੍ਹਾਂ ਦੇ ਘਰ ਭਗਵਾਨ ਕ੍ਰਿਸ਼ਨ ਜੀ ਰਹੇ ਨੇ ਉਹ ਗਵਾਲੇ ਸੀਗੇ। ਪਿਤਾ ਆਨੰਦ ਸੀਗਾ, ਮਾਤਾ ਯਸ਼ੋਦਾ ਸੀ, ਅਤੇ ਉਹ ਸਾਰੀ ਗਵਾਲਿਆਂ ਦੀ, ਅਹੀਰਾਂ ਦੀ ਜੋ ਬਰਾਦਰੀ ਸੀ ਉਹ ਗਊਆਂ ਪਾਲਦੇ ਸੀ, ਗਊਆਂ ਦਾ ਦੁੱਧ ਵੇਚਦੇ ਸੀ, ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਸੀ। ਦੁੱਧ ਘਿਓ ਉਹਨਾਂ ਦੇ ਘਰ ਬਹੁਤ ਸੀ, ਇਸੇ ਕਰਕੇ ਭਗਵਾਨ ਕ੍ਰਿਸ਼ਨ ਜੀ ਨੂੰ ਮੱਖਣ ਖਾਂਦੇ ਦਿਖਾਇਆ ਗਿਆ ਹੈ। ਤੋ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਵੀ ਪਿਤਾ ਆਨੰਦ ਅਤੇ ਮਾਤਾ ਯਸ਼ੋਦਾ ਅਤੇ ਪਿੰਡ ਦੇ ਸਾਰੇ ਬੁੱਢੇ ਬਜ਼ੁਰਗ ਅਤੇ ਬੀਬੀਆਂ ਅਤੇ ਜਵਾਨ ਅਤੇ ਬੱਚੇ ਇਕੱਠੇ ਹੋ ਕੇ ਬੜੀ ਵੱਡੀ ਕੋਈ ਪ੍ਰੋਗਰਾਮ ਦੀ ਪਲੈਨਿੰਗ ਕਰ ਰਹੇ ਆ, ਬਹੁਤ ਵੱਡਾ ਤਿਆਰਾ ਕਰ ਰਹੇ, ਜਿਵੇਂ ਕੋਈ ਜੱਗ ਕਰਨਾ ਹੁੰਦਾ। ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਪਿਤਾ ਜੀ ਇਹ ਕਾਹਦੀ ਤਿਆਰੀ ਕਰ ਰਹੇ ਹੋ? ਦਸਮ ਪਾਤਸ਼ਾਹ ਜੀ ਨੇ ਇੱਕ ਕਥਾ ਕ੍ਰਿਸ਼ਨ ਅਵਤਾਰ ਦੇ ਅੰਤਰਗਤ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਵੀ ਲਿਖੀ ਹੈ। ਪਿਤਾ ਜੀ ਕਹਿਣ ਲੱਗੇ, ਪੁੱਤਰ ਕ੍ਰਿਸ਼ਨ ਤਿਆਰੀ ਕਰ ਰਹੇ ਹਾਂ, ਆਇਓ ਹੋਇਆ ਇੰਦਰ ਕੀ ਪੂਜਾ ਕੋ ਦਿਓਸ। ਇੰਦਰ ਦੀ ਪੂਜਾ ਦਾ ਦਿਨ ਆ ਗਿਆ, ਸਾਲ ਪਿੱਛੋਂ ਅਸੀਂ ਇੰਦਰ ਦੀ ਪੂਜਾ ਕਰਦੇ ਹਾਂ, ਇੰਦਰ ਦੇਵਤਾ ਉਹਨੂੰ ਅਸੀਂ ਖੁਸ਼ ਕਰਦੇ ਹਾਂ। ਜਦੋਂ ਉਹਦੀ ਪੂਜਾ ਕਰਾਂਗੇ ਉਹ ਮੀਂਹ ਪਾਵੇਗਾ ਅਤੇ ਮੀਂਹ ਪਾਉਣ ਨਾਲ ਫਿਰ ਘਾਹ ਹੋਵੇਗਾ, ਘਾਹ ਖਾ ਕੇ ਸਾਡੀਆਂ ਗਊਆਂ ਦੁੱਧ ਦੇਣਗੀਆਂ, ਦੁੱਧ ਤੋਂ ਮੱਖਣ ਮਿਲੇਗਾ, ਪੁੱਤਰ ਆਪਣਾ ਗੁਜ਼ਾਰਾ ਚੱਲੇਗਾ। ਕਿਉਂਕਿ ਘਾਹ ਹੋਵੇਗਾ ਤਾਂ ਹੀ ਗਊਆਂ ਦੁੱਧ ਦੇਣਗੀਆਂ। ਉੱਠੈ ਘਾਹ ਚਰਹਿ ਨਿਤ ਸੁਰਹੀ ਸਾ ਧਨ ਦਹੀ ਬਿਲੋਵੈ। ਗੁਰੂ ਗ੍ਰੰਥ ਸਾਹਿਬ ਜੀ ਵੀ ਪੰਕਤੀ ਆਈ ਹੈ ਵੀ ਮੀਂਹ ਪੈਣ ਦੇ ਨਾਲ ਘਾਹ ਹੁੰਦਾ, ਘਾਹ ਨਾਲ ਗਊਆਂ ਦੁੱਧ ਦਿੰਦੀਆਂ ਨੇ, ਉਹਨਾਂ ਦੀ ਖੁਰਾਕ ਹੈ। ਇੰਦਰ ਦੀ ਪੂਜਾ ਇਸ ਕਰਕੇ ਕਰਦੇ ਹਾਂ ਬਈ ਇੰਦਰ ਸਾਨੂੰ ਸਾਰਿਆਂ ਨੂੰ ਪਾਲਦਾ ਹੈ, ਉਹ ਦੇਵਤਿਆਂ ਦਾ ਰਾਜਾ ਹੈ। ਸੁਣ ਕੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਬਾਪੂ ਜੀ ਆਪਾਂ ਐਤਕੀ ਇੰਦਰ ਦੀ ਪੂਜਾ ਨਹੀਂ ਕਰਨੀ, ਆਪਾਂ ਨਹੀਂ ਪੂਜਾ ਕਰਨੀ ਇੰਦਰ ਦੀ। ਇੰਦਰ ਕੌਣ ਹੈ ਵਿਚਾਰਾ ਜਿਹਨੂੰ ਸਾਡੇ ਸ਼ਹਿਰ ਦੀਆਂ ਧੀਆਂ ਭੈਣਾਂ ਜਾ ਕੇ ਪੂਜਣ, ਅਸੀਂ ਤਾਂ ਪਰਮੇਸ਼ਰ ਨੂੰ ਪੂਜਣਾ। ਉਹ ਵਿਚਾਰੇ ਗਵਾਲੇ ਸੀਗੇ, ਉਹਨਾਂ ਦੀ ਗੱਲ ਸਮਝ ਨਾ ਆਈ। ਕਿਉਂਕਿ ਜਿਹੜਾ ਬੰਦਾ ਨਾ ਦੇਹ ਦੀ ਪੂਜਾ ਵਿੱਚ ਲੱਗਾ ਹੋਵੇ, ਕਰਮ ਕਾਂਡ 'ਚ ਲੱਗਾ ਹੋਵੇ, ਉਹਨੂੰ ਅਧਿਆਤਮ ਦੀ ਗੱਲ ਸਮਝਾਓ ਨਹੀਂ ਸਮਝ ਪੈਂਦੀ। ਬੜੀ ਔਖੀ ਗੱਲ ਹੈ, ਇਹ ਤਾਂ ਪੌੜੀਆਂ ਹੌਲੇ ਹੌਲੇ ਚੜ੍ਹੀਆਂ ਜਾਂਦੀਆਂ।
ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਪਰਮੇਸ਼ਰ ਹੈ ਮੀਂਹ ਪਾਉਣ ਵਾਲਾ, ਇੰਦਰ ਕੌਣ ਹੈ? ਗੁਰਬਾਣੀ ਵੀ ਕਹਿੰਦੀ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਇੰਦਰ ਤੇ ਉਹਦੇ ਹੁਕਮ ਵਿੱਚ ਵਸਦਾ। ਜੇ ਵਾਹਿਗੁਰੂ ਦੀ ਆਗਿਆ ਹੁੰਦੀ ਹੈ, ਹੁਕਮ ਹੁੰਦਾ ਹੈ, ਮਿਘ ਐਨੋ ਫੁਰਮਾਣ ਹੋਵਾ ਵਰਸੋ ਕਿਰਪਾ ਧਾਰ, ਤੇ ਉਹ ਵਸਦਾ ਤੇ ਅਸੀਂ ਉਹਦੀ ਪੂਜਾ ਕਰੀਏ ਜਿਹੜਾ ਵੱਡਾ। ਪਰ ਉਹ ਵਿਚਾਰਿਆਂ ਨੂੰ ਗੱਲ ਸਮਝ ਨਾ ਆਈ, ਕਹਿਣ ਲੱਗੇ ਪੁੱਤਰ ਨਵੀਆਂ ਜਿਹੀਆਂ ਗੱਲਾਂ ਕਰਦਾ, ਸਾਨੂੰ ਨਹੀਂ ਤੇਰੀ ਗੱਲ ਸਮਝ ਆਉਂਦੀ। ਸਾਰੇ ਮਹਾਂਪੁਰਸ਼ ਰਿਸ਼ੀ ਮੁਨੀ ਵੇਦ ਸ਼ਾਸਤਰ ਇੰਦਰ ਦੀ ਗੱਲ ਕਰਦੇ ਆ ਵੀ ਇੰਦਰ ਮੀਂਹ ਪਾਉਂਦਾ, ਤੂੰ ਕਹਿੰਦਾ ਇੰਦਰ ਨਹੀਂ ਪਾਉਂਦਾ। ਭਗਵਾਨ ਕਹਿਣ ਲੱਗੇ ਤੁਸੀਂ ਸਾਡੀ ਗੱਲ ਮੰਨੋ, ਇੰਦਰ ਦੀ ਪੂਜਾ ਛੱਡੋ ਅਤੇ ਤੁਸੀਂ ਨਾਮ ਜਪੋ। ਕਹਿੰਦੇ ਜੀ ਸਾਨੂੰ ਨਹੀਂ ਸਮਝ ਆਉਂਦੀ, ਕਿਹਦੀ ਪੂਜਾ ਕਰੀਏ ਫਿਰ, ਸਾਨੂੰ ਹੋਰ ਦੱਸ ਦੇ। ਭਗਵਾਨ ਨੇ ਵੇਖਿਆ ਵੀ ਇਹ ਵਿਚਾਰੇ ਕਰਮ ਕਾਂਡ ਤੋਂ ਉੱਪਰ ਜਾ ਨਹੀਂ ਸਕਦੇ। ਉਹਨਾਂ ਨੇ ਉਹ ਗੱਲ ਟਲਾਉਣ ਵਾਸਤੇ, ਉੱਥੇ ਇੱਕ ਗੋਵਰਧਨ ਪਰਬਤ ਹੈ, ਉਹਦਾ ਨਾਮ ਹੈ ਗੋਵਰਧਨ। ਉਹ ਗੋਵਰਧਨ ਪਰਬਤ ਦੀ ਭਗਵਾਨ ਕਹਿੰਦੇ ਇਹਦੀ ਪੂਜਾ ਕਰ ਲਓ, ਕਿਉਂਕਿ ਇਹਦੇ ਉੱਤੇ ਘਾਹ ਹੁੰਦਾ, ਆਪਣੀਆਂ ਗਊਆਂ ਇਹਦੇ 'ਤੇ ਚੁਗਦੀਆਂ ਰਹਿੰਦੀਆਂ ਸਾਰਾ ਦਿਨ, ਅਤੇ ਆਪਾਂ ਇਹਦੇ ਤੋਂ ਖਾਂਦੇ ਹਾਂ, ਇਹਦੀ ਪੂਜਾ ਕਰ ਲਓ। ਉਹਨਾਂ ਗਵਾਲਿਆਂ ਨੇ ਉਸ ਸਾਲ ਇੰਦਰ ਦੀ ਪੂਜਾ ਛੱਡ ਕੇ ਅਤੇ ਪਹਾੜ ਦੀ ਪੂਜਾ ਕੀਤੀ, ਗੋਵਰਧਨ। ਜਦੋਂ ਗੋਵਰਧਨ ਦੀ ਪੂਜਾ ਕੀਤੀ, ਇੰਦਰ ਦੀ ਪੂਜਾ ਨਾ ਹੋਈ ਤਾਂ ਇੰਦਰ ਨੂੰ ਬੜਾ ਗੁੱਸਾ ਚੜ੍ਹਿਆ ਵੀ ਮੇਰੀ ਪੂਜਾ ਛੱਡਤੀ ਇਹਨਾਂ ਨੇ। ਹੁਣ ਜਿਹੜੇ ਬੰਦੇ ਨੂੰ ਕੋਈ ਮਾਣ ਸਤਿਕਾਰ ਮਿਲਦਾ ਹੋਵੇ ਉਹਦਾ ਖੁੱਸ ਜਾਵੇ, ਉਹਨੂੰ ਗੁੱਸਾ ਤਾਂ ਚੜ੍ਹਨਾ ਹੀ ਸੀ। ਇੰਦਰ ਨੇ ਆਪਣੀ ਫੌਜ ਭੇਜ ਦਿੱਤੀ ਮੇਘ ਬੱਦਲਾਂ ਨੂੰ ਵੀ, ਜਾਓ ਇਹ ਸਾਰਾ ਬ੍ਰਿਜ ਦਾ ਇਲਾਕਾ ਤਬਾਹ ਕਰ ਦਿਓ, ਇਹਨਾਂ ਦੇ ਘਰ ਘਾਟ ਉਜਾੜ ਦਿਓ। ਇੰਨਾ ਮੀਂਹ ਆਇਆ ਵੀ 7 ਦਿਨ 7 ਰਾਤਾਂ ਲਗਾਤਾਰ ਮੀਂਹ ਪੈਂਦਾ ਰਿਹਾ, ਹਟਿਆ ਹੀ ਕੋਈ ਨਾ। ਜਦੋਂ ਮੀਂਹ ਨਾ ਹਟਿਆ, ਦੁਨੀਆਂ ਡੁੱਬਣ ਲੱਗੀ, ਅਤੇ ਭਗਵਾਨ ਕ੍ਰਿਸ਼ਨ ਕੋਲ ਆ ਕੇ ਗਵਾਲੇ ਕਹਿੰਦੇ ਤੂੰ ਮਰਵਾਇਆ ਸਾਨੂੰ, ਜੇ ਤੂੰ ਸਾਨੂੰ ਨਾ ਪੁੱਠੇ ਰਾਹ ਪਾਉਂਦਾ, ਇਹ ਪਰਬਤ ਦੀ ਪੂਜਾ 'ਤੇ ਲਾਤਾ ਸਾਨੂੰ, ਇੰਦਰ ਰੁੱਸ ਗਿਆ, ਹੁਣ ਸਾਡਾ ਬੇੜਾ ਗਰਕ ਕਰਕੇ ਛੱਡੇਗਾ, ਰੋੜ ਕੇ ਛੱਡੇਗਾ ਸਾਨੂੰ, ਉਧਰੋਂ ਜਮਨਾ ਭਰਦੀ ਜਾ ਰਹੀ ਹੈ, ਸਾਨੂੰ ਬਚਾਓ, ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਬਚਾਓ ਸਾਨੂੰ। ਉਦੋਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਮਾਇਆ ਦੇ ਨਾਲ, ਯੋਗ ਮਾਇਆ ਦੇ ਨਾਲ, ਉਹ ਜਿਹੜਾ ਪਹਾੜ ਸੀ ਉਹ ਇੱਕ ਉਂਗਲੀ 'ਤੇ ਚੱਕ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮਾਰੂ ਰਾਗ ਦੇ ਵਿੱਚ ਸ਼ਬਦ ਹੈ। ਉਹ ਭਗਵਾਨ ਨੇ ਉਦੋਂ ਪਹਾੜ ਉੱਪਰ ਚੁੱਕ ਕੇ ਜਿਵੇਂ ਛਤਰੀ ਕਰੀ ਦੀ ਹੈ ਨਾ, ਸਾਰੇ ਲੋਕਾਂ ਨੂੰ ਥੱਲੇ ਕਰ ਲਿਆ, ਉਹਨਾਂ ਦੇ ਪਸ਼ੂ ਪਹਾੜ ਦੇ ਥੱਲੇ ਕਰ ਲਏ, ਪਹਾੜ ਉੱਪਰ ਛਤਰੀ ਕਰਕੇ ਪਹਾੜ ਦੀ, ਅਤੇ ਸਾਰੇ ਲੋਕਾਂ ਨੂੰ ਬਚਾ ਲਿਆ। ਅਤੇ ਇੰਦਰ ਨੂੰ ਸਮਝ ਆਈ ਵੀ ਜਿਹਨੇ ਪਹਾੜ ਚੁੱਕ ਲਿਆ ਨਾ, ਜਿਹਨੇ ਪਹਾੜ ਚੁੱਕ ਲਿਆ ਇਹ ਮੇਰੇ ਤੋਂ ਵੀ ਡਾਢਾ ਹੈ ਕੋਈ, ਇਹ ਕੋਈ ਤਗੜਾ ਹੈ। ਫਿਰ ਉਹਨੇ ਆਪਣੇ ਧਿਆਨ ਨਾਲ ਵੇਖਿਆ ਵੀ ਇਹ ਤਾਂ ਪਰਮੇਸ਼ਰ ਦੀ ਭਗਤੀ ਕਰਨ ਵਾਲਾ, ਭਗਤੀ ਦਾ ਪ੍ਰਚਾਰ ਕਰਨ ਵਾਲਾ, ਉਹਦਾ ਅਵਤਾਰ ਹੈ। ਅਤੇ ਫਿਰ ਆ ਕੇ ਪੈਰੀ ਪੈ ਗਿਆ, ਇੰਦਰ ਨੇ ਮਾਫ਼ੀ ਮੰਗੀ, ਇੰਦਰ ਸ਼ਰਣੀ ਪੈ ਗਿਆ, ਕਿਉਂਕਿ ਗੁਰਬਾਣੀ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰੇ, ਇੰਦਰ ਆਦਿਕ ਦੇਵਤੇ ਤਾਂ ਪਰਮੇਸ਼ਰ ਦੇ ਭੈ ਵਿੱਚ ਵਿਚਰਦੇ ਹਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਬਚਨ ਆਉਂਦਾ ਖਾਲਸਾ ਜੀ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, 10ਵੇਂ ਪਾਤਸ਼ਾਹ ਕਲਗੀਧਰ ਜੀ ਦੇ ਚਰਨਾਂ 'ਚ ਭਾਈ ਡੱਲੇ ਨੇ ਅਤੇ ਮਾਲਵੇ ਦੇ ਬਰਾੜਾ ਨੇ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ, ਬੜੇ ਦਿਨ ਹੋ ਗਏ ਨੇ,
ਉਧਰੋਂ ਖੇਤਾਂ ਦੇ ਵਿੱਚ ਹਲ ਵਾਹਣੇ ਨੇ, ਫਸਲ ਬੀਜਣ ਦਾ ਟਾਈਮ ਲੰਘਦਾ ਜਾ ਰਿਹਾ, ਮੀਂਹ ਪਵਾ ਦਿਓ। ਦਸਵੇਂ ਪਾਤਸ਼ਾਹ ਟਾਲਦੇ ਰਹੇ, ਇੱਕ ਦਿਨ ਦੋ ਦਿਨ ਹਫ਼ਤਾ ਲੰਘ ਗਿਆ ਅਤੇ ਜੱਟ ਇਕੱਠੇ ਹੋ ਗਏ, ਕਹਿੰਦੇ ਮਹਾਰਾਜ ਮੀਂਹ ਪਵਾਓ ਨਹੀਂ ਤਾਂ ਅਸੀਂ ਮਰ ਜਾਂਗੇ। ਡੱਲਾ ਕਹਿੰਦਾ ਮਹਾਰਾਜ ਮੀਂਹ ਪਵਾਓ, ਬਹੁਤ ਬੁਰਾ ਹਾਲ ਹੈ ਸਾਡਾ, ਮੀਂਹ ਪਵਾਓ। ਮਹਾਰਾਜ ਕਹਿੰਦੇ ਮੀਂਹ ਮੈਂ ਕਿਹੜਾ ਕੁੱਖੜ ਚੁੱਕਿਆ ਹੋਇਆ। ਸਤਿਗੁਰਾਂ ਦੇ ਬਚਨ ਆਉਂਦੇ ਸੂਰਜ ਪ੍ਰਕਾਸ਼ ਵਿੱਚ, ਮਹਾਰਾਜ ਕਹਿੰਦੇ ਮੀਂਹ ਅਸੀਂ ਕੁੱਛੜ ਚੁੱਕਿਆ ਹੋਇਆ। ਕਹਿੰਦਾ ਨਹੀਂ ਮਹਾਰਾਜ, ਤੁਸੀਂ ਕੁੱਛੜੀ ਚੁੱਕਿਆ ਹੋਇਆ, ਕਿਉਂ? ਵੱਡਿਆਂ ਦੇ ਵਿੱਚ ਬੜਾ ਬਲ ਹੁੰਦਾ, ਤੁਸੀਂ ਪਵਾ ਸਕਦੇ ਹੋ। ਜਦੋਂ ਉਹਨੇ ਪੂਰੇ ਵਿਸ਼ਵਾਸ ਨਾਲ ਕਿਹਾ ਨਾ, ਅਤੇ ਕਲਗੀਧਰ ਕਹਿੰਦੇ ਆ ਸਾਡਾ ਜੋੜਾ ਚੁੱਕ ਲਾ, ਅਤੇ ਡੱਲਿਆ ਜੁੱਤੀ ਲੈ ਕੇ ਨਾ ਇੰਦਰ ਨੂੰ ਕਹਿ ਵੀ ਆਹ ਜੁੱਤੀ ਪਏਗੀ, ਮੀਂਹ ਪਾ ਦੇ। ਡੱਲਾ ਵਿਸ਼ਵਾਸ ਬੜਾ ਕਰਦਾ ਸੀ ਸਤਿਗੁਰਾਂ ਦੇ ਬਚਨ 'ਤੇ, ਜੋੜਾ ਚੁੱਕ ਲਿਆ ਅਤੇ ਕਹਿਣ ਲੱਗਾ ਇੰਦਰਾ ਵੇਖ ਲਾ ਜੁੱਤੀ ਦਸਵੇਂ ਪਾਤਸ਼ਾਹ ਦੀ ਹੈ, ਮੀਂਹ ਪਾ, ਹੁਣੇ ਹੀ ਪਾ। ਅਜੇ ਇੱਦਾਂ ਕਹਿਣ ਦੀ ਦੇਰ ਸੀ ਨਾ, ਕਾਲੇ ਬੋਲੇ ਬੱਦਲ ਛਾ ਗਏ ਅਤੇ ਮੋਹਲੇ ਧਾਰ ਵਰਖਾ ਲੱਗ ਗਈ। ਵਰਖਾ ਲੱਗੀ, ਕਹਿੰਦੇ ਨਾ ਦਿਨੇ ਹਟੇ ਨਾ ਰਾਤੀ, ਸੱਤ ਦਿਨ ਅਤੇ ਸੱਤ ਰਾਤਾਂ ਲਗਾਤਾਰ ਮੀਂਹ ਪੈਂਦਾ ਰਿਹਾ। ਛੱਪੜ ਭਰ ਗਏ, ਖੂਹ ਭਰ ਗਏ, ਗਲੀਆਂ ਭਰ ਗਈਆਂ, ਖੇਤ ਭਰ ਗਏ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ, ਪਾਣੀ ਪਾਣੀ ਹੋ ਗਿਆ, ਫਲੱਡ ਆ ਗਏ। ਸੱਤਵੇਂ ਦਿਨ ਤੰਗ ਆ ਕੇ ਸਾਰੇ ਬਰਾੜ ਮਹਾਰਾਜ ਕੋਲ ਆ ਕੇ ਕਹਿੰਦੇ, ਡੱਲਾ ਮੋਹਰੀ ਹੋ ਕੇ ਬੋਲਿਆ, ਕਹਿੰਦਾ ਮਹਾਰਾਜ ਮੀਂਹ ਹਟਾਓ। ਮਹਾਰਾਜ ਕਹਿੰਦੇ ਹੁਣ ਕਿਵੇਂ ਹਟੇਗਾ, ਤੁਸੀਂ ਆਪੇ ਕਹਿੰਦੇ ਸੀ ਮੀਂਹ ਪਵਾਓ, ਮੀਂਹ ਪਵਾਓ, ਜੇ ਪੈਣ ਲੱਗਿਆ ਤਾਂ ਹੁਣ ਪਈ ਜਾਣ ਦਿਓ। ਕਹਿੰਦੇ ਨਾ ਮਹਾਰਾਜ, ਹਟਦਾ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਫਿਰ ਇੱਦਾਂ ਕਰ, ਸਾਡੀ ਜੁੱਤੀ ਚੁੱਕ ਲਓ, ਇੰਦਰ ਨੂੰ ਕਹਿ ਵੀ ਮੀਂਹ ਹਟਾ ਦੇ। ਡੱਲਾ ਜੋੜਾ ਲੈ ਕੇ ਬਾਹਰ ਆਇਆ, ਕਹਿੰਦਾ ਇੰਦਰਾ ਮੀਂਹ ਬੰਦ ਕਰ ਦੇ, ਜੁੱਤੀ ਵੇਖ ਲਾ ਦਸਵੇਂ ਪਾਤਸ਼ਾਹ ਦੀ। ਉਸੇ ਵੇਲੇ ਮੀਂਹ ਬੰਦ ਹੋ ਗਿਆ। ਖਾਲਸਾ ਜੀ, ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਬੁੱਢੇ ਦਲ ਦੇ ਜਥੇਦਾਰ ਹੋਏ ਆ, 125 ਸਾਲ ਉਮਰ ਹੋਈ ਮਹਾਂਪੁਰਸ਼ਾਂ ਦੀ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ। ਮੈਂ ਉਹਨਾਂ ਦੀ ਸੰਗਤ ਮਹਾਂਪੁਰਸ਼ਾਂ ਦੀ ਕੀਤੀ, ਉਹ ਬਚਨ ਸੁਣਾਉਂਦੇ ਸੀ ਜਦੋਂ ਕਿਤੇ ਮਾਝੇ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਨੇ ਜਾਣਾ, ਪਿੰਡਾਂ 'ਚ ਵੀਰ ਸਿੰਘਾਂ ਨੇ ਆਖਣਾ ਬਾਬਾ ਜੀ ਮੀਂਹ ਪਵਾ ਦਿਓ, ਅਤੇ ਬਾਬਾ ਕਰਮ ਸਿੰਘ ਨੇ ਆਖਣਾ ਸਾਧ ਸੰਗਤ ਜੀ ਬੈਠ ਜਾਓ, ਸਾਰੇ ਸਾਰੀ ਸੰਗਤ ਨੇ ਬਹਿ ਜਾਣਾ। ਬਾਬੇ ਕਰਮ ਸਿੰਘ ਡੰਡਿਆਂ ਵਾਲੇ ਨੇ ਇਹ ਸਾਖੀ ਸੁਣਾਉਣੀ ਜਿਹੜੀ ਡੱਲੇ ਨਾਲ ਦਮਦਮੇ ਸਾਹਿਬ ਹੋਈ, ਵੀ ਕਲਗੀਧਰ ਪਾਤਸ਼ਾਹ ਨੇ ਡੱਲੇ ਨੂੰ ਆਖਿਆ ਸੀ ਜੁੱਤੀ ਚੁੱਕ ਲੈ, ਅਤੇ ਇੰਦਰ ਨੂੰ ਦਬਕਾ ਮਾਰ ਦੇ ਵੀ ਜੁੱਤੀ ਵੇਖ ਲੈ, ਮੀਂਹ ਪਾਉਂਦਾ ਕਿ ਨਹੀਂ ਪਾਉਂਦਾ। ਬਾਬੇ ਕਰਮ ਸਿੰਘ ਨੇ ਸਾਰੀ ਸਾਖੀ ਸੁਣਾ ਕੇ ਨਾ, ਅਤੇ ਬਾਅਦ 'ਚ ਆਖਣਾ ਖਾਲਸਾ ਜੀ ਤੁਸੀਂ ਹੁਣ ਇੱਕ ਸਿੰਘ ਉੱਠੋ ਅਤੇ ਜੋੜਾ ਲੈ ਲਓ, ਅਤੇ ਉਹਨੂੰ ਕਹਿ ਦਿਓ ਵੀ ਇੰਦਰਾ ਦਸਵੇਂ ਪਾਤਸ਼ਾਹ ਦਾ ਪਤਾ ਨਾ ਜੁੱਤੀਆਂ ਕਿੰਨੀਆਂ ਮਾਰਦਿਆਂ, ਮੀਂਹ ਪਾ ਦੇ। ਕਹਿੰਦੇ ਉਸੇ ਵੇਲੇ ਹੀ ਬਾਬਾ ਜੀ ਦਾ ਬਚਨ ਹੋਣਾ, ਸਿੰਘ ਨੇ ਉੱਦਾਂ ਹੀ ਕਹਿ ਦੇਣਾ ਅਤੇ ਉੱਥੇ ਮੀਂਹ ਪੈ ਜਾਣਾ, ਅਤੇ ਜਦੋਂ ਮੀਂਹ ਜ਼ਿਆਦਾ ਹੋ ਜਾਣਾ ਨਾ, ਅਤੇ ਬਾਬੇ ਨੇ ਆਖਣਾ, ਸਿੰਘਾਂ ਨੇ ਆਖਣਾ ਬਾਬਾ ਜੀ ਹੁਣ ਮੀਂਹ ਬੰਦ ਨਹੀਂ ਹੁੰਦਾ। ਹੁਣ ਸਿੰਘ ਨੂੰ ਕਹਿਣਾ ਇਹਨੂੰ ਕਹੋ ਵੀ ਫਿਰ ਇੰਦਰਾ ਜੁੱਤੀ ਦਸਵੇਂ ਪਾਤਸ਼ਾਹ ਦੀ ਆ, ਵੇਖ ਲੈ, ਉਸੇ ਵੇਲੇ ਫਿਰ ਮੀਂਹ ਬੰਦ ਹੋ ਜਾਣਾ। ਖਾਲਸਾ ਜੀ, ਇਹ ਤਾਂ ਜਿੰਨੇ ਦੇਵੀ ਦੇਵਤੇ ਹਨ ਹੈਨ ਸਾਡੇ ਲਈ ਸਤਿਕਾਰਯੋਗ ਹੀ ਹਨ, ਪਰ ਵੱਡਾਢੇ ਦੇ ਅੱਗੇ ਜ਼ੋਰ ਨਹੀਂ ਚੱਲਦਾ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਾਰੇ ਭੈ ਖਾਂਦੇ ਹੈ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ,
ਮਹਾਰਾਜ ਕਹਿੰਦੇ ਭਾਈ ਕੋਟਕ ਇੰਦਰ ਕਰ ਅਜਿਹੇ ਕਿ ਤੁਸੀਂ ਇੱਕ ਇੰਦਰ ਨੂੰ ਹੀ ਮੰਨੀ ਜਾਂਦੇ ਹੋ, ਪਰਮੇਸ਼ਰ ਨੇ ਤਾਂ ਕਰੋੜਾਂ ਇੰਦਰ ਪੈਦਾ ਕੀਤੇ ਹਨ। ਕਈ ਕੋਟ ਉਪ ਇੰਦਰ ਬਣਾਏ ਖਪਾਇਓ, ਤੇ ਉਪ ਇੰਦਰ ਨਾਮ ਹੈ ਖਾਲਸਾ ਜੀ 52 ਅਵਤਾਰ ਦਾ। ਇੱਕ ਵਾਰੀ ਰਾਜਾ ਬਲੀ ਹੋਇਆ ਜੋ ਪ੍ਰਹਲਾਦ ਜੀ ਦਾ ਪੋਤਰਾ ਸੀਗਾ, ਭਗਤ ਪ੍ਰਹਲਾਦ ਦੇ ਪੁੱਤਰ ਵਿਰੋਚਨ ਤੇ ਵਿਰੋਚਨ ਦਾ ਪੁੱਤਰ ਬਲੀ। ਰਾਜਾ ਬਲੀ ਦਾ ਭਾਈ ਗੁਰਦਾਸ ਜੀ ਨੇ ਆਪਣੀ 12 ਵਿੱਚ ਜ਼ਿਕਰ ਕੀਤਾ ਜੇ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੈ। ਬਲ ਰਾਜਾ ਨੇ ਜੱਗ ਕਰਾਏ, 101 ਜੱਗ ਕਰਾਉਣਾ ਸੀਗਾ। ਉਹ 101 ਜੱਗ ਜਦੋਂ ਪੂਰਾ ਹੋਣਾ ਸੀ, ਉਸ ਦਿਨ ਬਲ ਰਾਜੇ ਨੇ ਇੰਦਰ ਦੀ ਪਦਵੀ ਖੋਹ ਲੈਣੀ ਸੀ, ਸਵਰਗਾਂ 'ਤੇ ਕਬਜ਼ਾ ਕਰ ਲੈਣਾ ਸੀ। ਇੰਦਰ ਨੂੰ ਖਤਰਾ ਹੋ ਗਿਆ ਵੀ ਮੇਰਾ ਰਾਜ ਖੁੱਸ ਜਾਣਾ, ਕਿਸੇ ਤਰ੍ਹਾਂ ਬਲ ਰਾਜਾ ਦਾ ਜੱਗ ਜਿਹੜਾ ਉਹ ਵਿੱਚੇ ਰਹਿ ਜਾਵੇ, ਇਹਨੂੰ ਕਿਸੇ ਤਰ੍ਹਾਂ ਡੇਕਿਆ ਜਾਵੇ, ਇੱਥੋਂ ਖੋਹਿਆ ਜਾਵੇ ਇਹਦੇ ਕੋਲੋਂ ਇਹਦੀ ਤਾਕਤ। ਇੰਦਰ ਨੇ ਭਗਵਾਨ ਵਿਸ਼ਨੂੰ ਜੀ ਦੇ ਚਰਨਾਂ ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜਿਵੇਂ ਵੀ ਜਾਣੋ ਬਲ ਰਾਜੇ ਨੂੰ ਮੇਰੇ ਰਾਹ ਤੋਂ ਹਟਾਓ, ਨਹੀਂ ਤਾਂ ਉਹ ਮੇਰਾ ਰਾਜ ਖੋਲੇਗਾ। ਭਗਵਾਨ ਵਿਸ਼ਨੂੰ ਜੀ ਨੇ ਆਖਿਆ ਠੀਕ ਹੈ, ਫਿਰ ਤੂੰ ਜੇ ਹੁਣ ਕਹਿੰਦਾ ਤਾਂ ਤੇਰੇ ਵਾਸਤੇ ਕਰਾਂਗੇ। ਫਿਰ ਭਗਵਾਨ ਜੀ ਨੇ ਵਿਸ਼ਨੂੰ ਜੀ ਨੇ ਦਿੱਤੀ ਔਰ ਕਸ਼ਯਪ ਰਿਸ਼ੀ ਦੇ ਘਰ ਅਵਤਾਰ ਧਾਰਿਆ, ਜਿਸ ਨੂੰ ਕਹਿੰਦੇ ਨੇ 52 ਅਵਤਾਰ। ਬ੍ਰਾਹਮਣਾਂ ਦੇ ਕੁੱਲ ਸੀਗੀ ਅਤੇ ਬਾਉਣਾ ਜਿਹਾ ਬਣ ਕੇ ਆਇਆ, ਛੋਟਾ ਜਿਹਾ ਕੱਦ, ਗਿੱਠ ਮੁੱਠੀਆ ਜਿਹਾ ਜਿਵੇਂ ਕਹਿ ਦਿੰਦੇ ਆ, ਛੋਟੇ ਕੱਦ ਵਾਲਾ, ਛੋਟੇ ਛੋਟੇ ਹੱਥ, ਛੋਟੇ ਛੋਟੇ ਪੈਰ, ਛੋਟੀਆਂ ਛੋਟੀਆਂ ਬਾਹਾਂ। ਭਗਵਾਨ ਵਿਸ਼ਨੂੰ ਨੇ ਇਹ ਰੂਪ ਧਾਰਨ ਕੀਤਾ, ਬ੍ਰਾਹਮਣਾਂ ਵਾਲੇ ਕੱਪੜੇ ਮੱਥੇ 'ਤੇ ਤਿਲਕ ਲਾਇਆ, ਜਨੇਊ ਪਾਇਆ, ਅਤੇ ਭਗਵਾਨ 52 ਬਲ ਰਾਜੇ ਦੇ ਦਰਵਾਜ਼ੇ 'ਤੇ ਆ ਗਏ। ਜਦੋਂ ਆਏ ਅਤੇ ਆ ਕੇ ਸੁਨੇਹਾ ਭੇਜਿਆ ਵੀ ਤੈਨੂੰ ਕੋਈ ਪੰਡਿਤ ਮਿਲਣ ਆਇਆ, 4 ਵੇਦ ਜਵਾਨੀ ਯਾਦ ਹਨ। ਹੁਣ ਹੈ ਤਾਂ ਉਹ ਵਿਸ਼ਨੂੰ ਸੀਗਾ, ਭਾਵੇਂ ਉਹਨੇ ਰੂਪ ਬਦਲਿਆ ਸੀ, ਪਰ ਹੈ ਤਾਂ ਭਗਵਾਨ ਸੀ। ਉਹਨੇ 4 ਵੇਦ ਮੁੱਖ ਪਾਠ ਸੁਣਾਵੈ, 52 ਰੂਪੀ ਆਇਆ, ਬੌਣਾ ਬਣ ਕੇ ਆਇਆ, 4 ਵੇਦ ਮੁੱਖ ਪਾਠ ਸੁਣਾਵੈ, 4 ਵੇਦ ਸੁਣਾ ਦਿੱਤੇ। ਹੁਣ ਜਿਹੜਾ ਐਡਾ ਵਿਦਵਾਨ ਪੰਡਿਤ ਬੂਹੇ 'ਤੇ ਖੜ੍ਹਾ ਹੋਵੇ, ਉਹਨੂੰ ਦਾਨ ਦੇਣਾ ਰਾਜੇ ਦਾ ਧਰਮ ਸੀਗਾ। ਰਾਜਾ ਕਹਿਣ ਲੱਗਾ ਜੀ ਤੁਸੀਂ ਮੇਰੇ ਬੂਹੇ 'ਤੇ ਆਏ ਹੋ, ਜੀ ਆਇਆਂ ਨੂੰ ਦਾਨ ਦਕਸ਼ਣਾ ਮੈਂ ਦੇਣ ਲੱਗਾ ਹਾਂ, ਦੱਸੋ ਕੀ ਮੰਗੋਗੇ, ਕੀ ਚਾਹੀਦਾ ਹੈ। ਜਦੋਂ ਉਹਨੇ ਆਖਿਆ ਵੀ ਦਾਨ ਦਕਸ਼ਣਾ ਮੈਂ ਦੇਣੀ ਹੈ, ਅਤੇ ਜਿਹੜਾ ਉਹਦਾ ਮੰਤਰੀ ਸੀ ਨਾ ਸ਼ੁਕਰਾਚਾਰਿਆ, ਸ਼ੁਕਰ ਪੁਰੋਹਿਤ, ਉਹ ਕਹਿਣ ਲੱਗਾ ਇਹਨੂੰ ਦਾਨ ਨਾ ਦੇ, ਆ ਛਲ ਛਲਣ ਤੋਹੇ ਆਇਆ, ਸ਼ੁਕਰ ਪੁਰੋਹਿਤ ਕਹਿ ਸਮਝਾਵੈ। ਰਾਜਾ ਇਹ ਤੇਰਾ ਦੁਸ਼ਮਣ ਹੈ, ਇਹ ਤੈਨੂੰ ਛਲਣ ਆਇਆ, ਇਹ ਦੇਵਤਿਆਂ ਦਾ ਪੱਖੀ ਹੈ, ਆਪਾਂ ਦੇ ਦਿਆਂ, ਅਤੇ ਤੂੰ ਇਹਨੂੰ ਤੂੰ ਜੇ ਕੋਈ ਦੇਗਾ ਨਾ, ਇਹਨੇ ਕੋਈ ਇਹੋ ਜਿਹੀ ਚੀਜ਼ ਮੰਗ ਲੈਣੀ ਹੈ ਜਿਹੜੀ ਆਪਣੇ ਕੋਲੋਂ ਦਿੱਤੀ ਨਹੀਂ ਜਾਣੀ, ਅਤੇ ਆਪਾਂ ਨੂੰ ਕਿਸੇ ਅੜਿੱਕੇ 'ਚ ਫਾਹ ਲਏਗਾ, ਏ ਤੂੰ ਨਾ ਦੇ। ਉਹ ਕਹਿੰਦਾ ਬਲ ਰਾਜਾ ਕਹਿਣ ਲੱਗਾ ਵੀ ਜੇ ਭਗਵਾਨ ਮੇਰੇ ਬੂਹੇ 'ਤੇ ਮੰਗਣ ਆ ਗਿਆ ਤਾਂ ਫਿਰ ਉਹਨੂੰ ਨਿਰਾਸ਼ ਕਰਨਾ ਮੇਰੇ ਵਾਸਤੇ ਠੀਕ ਨਹੀਂ। ਇਦੋਂ ਵੱਡੀ ਕਿਹੜੀ ਗੱਲ ਹੈ ਵੀ ਬੂਹੇ 'ਤੇ ਖੁਦ ਭਗਵਾਨ ਮੰਗਣ ਆ ਗਿਆ ਮੇਰੇ 'ਤੇ।
ਐਸ ਸਮੋਂ ਫਿਰ ਹਾਥ ਨਾ ਐ ਹੈ, ਇਹੋ ਜਿਹਾ ਸਮਾਂ ਮੇਰੇ ਹੱਥ ਨਹੀਂ ਆਉਣਾ, ਮੈਂ ਤਾਂ ਦਾਨ ਦਿਆਂਗਾ। ਕਹਿੰਦੇ ਉਹਨੇ ਕਮੰਡਲ ਚੁੱਕਿਆ, ਉਹਨਾਂ ਦੇ ਇਹਨਾਂ ਦੀ ਮਰਿਆਦਾ ਸੀ ਵੀ ਚੁਲੀ ਭਰਦੇ ਸੀ ਦਾਨ ਦੀ, ਇੱਦਾਂ ਪਾਣੀ ਪਾ ਕੇ ਅਤੇ ਉਹ ਕਰਦੇ ਵੀ ਮੈਂ ਜੋ ਮੰਗੇਗਾ ਦਿਆਂਗਾ। ਉਹ ਗਿੱਠਮੁੱਠੀਆ ਜਿਹਾ ਛੋਟੂ ਜਿਹਾ ਬਾਹਮਣ ਕਹਿੰਦਾ ਮੈਨੂੰ ਸਿਰਫ ਢਾਈ ਕਦਮ ਧਰਤੀ ਦੇ ਦੇ, ਕਰੋਂ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ। ਪ੍ਰਭਾਤੀ ਮਹੱਲਾ ਪਹਿਲਾ, ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰੋਂ ਅਢਾਈ ਢਾਈ ਕਰੂੰ ਧਰਤੀ ਮੰਗੀ ਬਾਵਨ ਰੂਪ ਬਹਾਨੈ। ਬਾਵਨ ਰੂਪ ਦਾ ਬਾਉਣੇ ਰੂਪ ਦਾ ਬਹਾਨਾ ਸੀਗਾ। ਬਲ ਰਾਜਾ ਕਹਿਣ ਲੱਗਾ ਇਹਦੇ ਕਦਮ ਤਾਂ ਛੋਟੇ ਛੋਟੇ ਨੇ, ਢਾਈ ਕਦਮ ਕਿਹੜੀ ਚੀਜ਼ ਹੋਈ। ਢਾਈ ਕਦਮ ਬੰਦੇ ਦੇ ਕਦਮ ਢਾਈ ਹੋਣ ਤਾਂ ਵੀ ਦੋ ਫੁੱਟ ਜਗ੍ਹਾ ਬਣਦੀ ਹੈ, ਇਹ ਤਾਂ ਹੈ ਹੀ ਛੋਟੇ ਛੋਟੇ ਪੈਰਾਂ ਵਾਲਾ, ਇਹਨੇ ਕਿੰਨੀ ਕੁ ਜਗ੍ਹਾ ਮੰਗੀ ਹੈ। ਉਹਨੇ ਕਿਹਾ ਲਓ ਜੀ ਚੁੜੀ ਭਰ ਦਿੱਤੀ। ਹੁਣ ਜਦੋਂ ਚੁੜੀ ਭਰ ਦਿੱਤੀ, ਦਾਨ ਦੇਣ ਦਾ ਸੰਕਲਪ ਦੇ ਦਿਆ, ਉਹ ਇੱਕਦਮ ਬਾਉਣਾ ਜਿਹੜਾ ਸੀ ਵਿਸ਼ਾਲ ਵਿਰਾਟ ਰੂਪ 'ਚ ਪਹੁੰਚ ਗਿਆ। ਉਹਨੇ ਆਪਣਾ ਸਰੀਰ ਐਡਾ ਵੱਡਾ ਕਰ ਲਿਆ, ਇੱਕ ਪੈਰ ਨਾਲ ਪੂਰੀ ਧਰਤੀ, ਚੜ੍ਹਦੇ ਤੋਂ ਲੈ ਕੇ ਛਿਪਦੇ ਤੱਕ ਇੱਕ ਪੈਰ ਨਾਲ, ਦੂਜਾ ਪੈਰ ਰੱਖਿਆ ਪੂਰਾ ਅਸਮਾਨ ਛਾ ਕੇ। ਕਹਿੰਦਾ ਅੱਧਾ ਕਦਮ ਮੇਰਾ ਰਹਿ ਗਿਆ, ਉਹ ਕਿੱਥੇ ਰੱਖਾਂ। ਬਲ ਰਾਜੇ ਨੂੰ ਸਮਝ ਆ ਗਈ ਵੀ ਤੇ ਭਗਵਾਨ ਨੇ ਮੇਰੇ ਨਾਲ ਛਲ ਕਰ ਲਿਆ। ਫਿਰ ਕਹਿਣ ਲੱਗਾ ਮਹਾਰਾਜ ਹੁਣ ਆ ਹੀ ਗਏ ਹੋ ਨਾ, ਅੱਧਾ ਕਦਮ ਮੇਰੀ ਪਿੱਠ 'ਤੇ ਰੱਖ ਲਓ, ਮੇਰਾ ਇਹ ਸਰੀਰ ਵੀ ਹਾਜ਼ਰ ਹੈ। ਭਗਵਾਨ ਨੇ ਗੱਲ ਨਾਲ ਲਾ ਲਿਆ ਤੂੰ ਮੇਰਾ ਭਗਤ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬਲ ਰਾਜੇ ਨੂੰ ਭਗਤਾਂ ਦੀ ਬਾਣੀ ਦੇ ਭਗਤਾਂ ਦੀ ਵਾਰ ਦੇ ਵਿੱਚ ਲਿਆ ਹੈ। ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜਗ ਕਰਾਵੇ, ਬਾਵਨ ਰੂਪੀ ਆਇਆ ਚਾਰ ਵੇਦ ਮੁੱਖ ਪਾਠ ਸੁਣਾਵੇ, ਅਛਲ ਛਲਣ ਤੋਂ ਆਇਆ ਸ਼ੁਕਰ ਪ੍ਰੋਧ ਕਹਿ ਸਮਝਾਵੇ। ਕਰੋ ਅਢਾਈ ਧਰਤ ਮੰਗ, ਢਾਈ ਕਦਮ ਧਰਤੀ ਮੰਗ ਕੇ ਪਿੱਛੋਂ ਦੇ ਫਿਰ ਹੱਥ ਨਾ ਸਮਾਵੇ। ਕਹਿੰਦੇ ਫਿਰ ਐਡਾ ਵੱਡਾ ਹੋ ਗਿਆ ਪਿੱਛੋਂ ਵੀ ਉਹ ਮਾਉਂਦਾ ਹੀ ਨਹੀਂ, ਪੂਰਾ ਹੀ ਵਿਰਾਟ ਬ੍ਰਹਮੰਡ ਹੀ ਆਪਣੇ ਪੈਰਾਂ ਥੱਲੇ ਮਿਲ ਲਿਆ। ਉਹਨੂੰ ਕਹਿੰਦੇ ਉਹ ਪਿੰਦਰ ਬਾਵਨ। ਸਤਿਗੁਰਾਂ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਭੱਟਾਂ ਦੇ ਸਵਈਏ ਛਲਿਓ ਬਲ ਬਾਵਨ ਭਾਇਓ। ਬਾਵਨ ਰਾਜੇ, ਬਾਵਨ ਭਗਵਾਨ ਨੇ ਰਾਜੇ ਬਲੀ ਨੂੰ ਛਲ ਲਿਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤੁਸੀਂ ਇੱਕ ਇੱਕ ਬਾਵਨ ਦੀ ਗੱਲ ਕਰਦੇ ਹੋ, ਪਰਮੇਸ਼ਰ ਦੇ ਘਰ ਬੜੇ ਹੀ ਬਾਵਨ ਹੋ ਚੁੱਕੇ ਹੈ। ਕਈ ਕੋਟ ਉਪਿੰਦਰ ਬਣਾਏ ਖਪਾਇਓ, ਕਰੋੜਾਂ ਹੀ ਬਾਵਨ ਹੋ ਕੇ ਗੁਜ਼ਰ ਗਏ ਖਪਾ ਦਿੱਤੇ ਪਰਮੇਸ਼ਰ ਨੇ। ਉਹ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਦਾਨਵ ਦੇਵ ਫਨਿੰਦਰ ਧਰਾ ਧਰ, ਦਾਨਵ ਰਾਕਸ਼ਸ ਔਰ ਦੇਵਤੇ ਅਤੇ ਫਨਿੰਦਰ ਕਹਿੰਦੇ ਸ਼ੇਸ਼ ਨਾਗ ਵਰਗੇ, ਜਿਨ੍ਹਾਂ ਦੇ ਹਜ਼ਾਰ ਹਜ਼ਾਰ ਫਣ ਹਨ, ਦੋ ਦੋ ਹਜ਼ਾਰ ਜੀਭਾਂ ਹਨ, ਬੜੇ ਬੜੇ ਵੱਡੇ ਨਾਗ, ਧਰਾ ਧਰ ਧਰਤੀ ਦੇ ਧਾਰਨ ਕੀਤੇ ਹੋਏ ਵੱਡੇ ਵੱਡੇ ਪਹਾੜ ਅਸਮਾਨ ਨੂੰ ਛੂੰਹਦੇ ਹਨ। ਪਛ ਪਸ਼ੂ ਨਹਿ ਜਾਤ ਗਨਾਇਓ, ਪਸ਼ੀਆਂ ਪਸ਼ੂਆਂ ਦੀ ਅਤੇ ਪੰਛੀਆਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਇਹ ਸਭ ਪਸਾਰਾ ਕਿਸ ਦਾ ਹੈ? ਇਹ ਉਸ ਅਕਾਲ ਪੁਰਖ ਦੀ ਸ਼ਕਤੀ ਦਾ ਹੀ ਹੈ। ਅੱਜ ਲੱਗੇ ਤਪ ਸਾਧਤ ਹੈ, ਅੱਜ ਤੱਕ
ਬੜੇ ਬੜੇ ਵੱਡੇ ਬ੍ਰਹਮਾ ਤੇ ਸ਼ਿਵ ਜੀ ਵਰਗੇ ਤਪੱਸਿਆ ਹੀ ਕਰੀ ਜਾਂਦੇ ਆ, ਕਰੀ ਜਾਂਦੇ ਆ। ਸ਼ਿਵ ਜੋ ਸ਼ਿਵ ਊ ਬ੍ਰਹਮਾ ਕਛ ਪਾਰ ਨਾ ਪਾਇਓ। ਸ਼ਿਵ ਊ ਬ੍ਰਹਮਾ, ਸ਼ਿਵ ਜੀ ਤੇ ਬ੍ਰਹਮਾ ਇਹ ਦੋਵੇਂ ਕੋਲੋਂ ਤਪ ਕਰਕੇ ਵੀ ਪਰਮੇਸ਼ਰ ਦਾ ਪਾਰਾਵਾਰ ਨਹੀਂ, ਅੰਤ ਨਹੀਂ ਪੈ ਸਕਿਆ। ਭੇਦਕ ਤੇ ਬਨਾ ਭੇਦ ਲਖਿਓ ਜਿਹੇ, ਜਿਹਦਾ ਭੇਦ ਨਾ ਵੇਦਾਂ ਨੂੰ ਆਇਆ ਹੈ ਨਾ ਕਿਤੇਬਾਂ ਨੂੰ। ਚਾਰ ਵੇਦ ਵੀ ਨੇਤ ਨੇਤ ਕਹਿੰਦੇ ਹਨ, ਤੇ ਕੁਰਾਨ, ਅੰਜੀਲ, ਤੌਰੇਤ, ਜ਼ਬੂਰ ਆਦਿਕ ਕਿਤੇਬ ਵੀ ਨੇਤ ਨੇਤ ਹੀ ਕਹਿੰਦੇ ਹਨ। ਭਾਵ ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਅਜੇ ਪਰਮੇਸ਼ਰ ਦੀ ਕਥਾ ਅਸੀਂ ਨਹੀਂ ਕਹਿ ਸਕੇ, ਇੱਦਾਂ ਹੀ ਸਾਰੇ ਹੱਥ ਖੜੇ ਕਰ ਦਿੰਦੇ ਹਨ। ਸੋਈ ਗੁਰੂ ਗੁਰ ਮੋਹੇ ਬਤਾਇਓ, ਉਹੀ ਸਾਰਿਆਂ ਦਾ ਗੁਰੂਆਂ ਦਾ ਗੁਰੂ ਹੈ। ਸੋਈ ਗੁਰੂ ਗੁਰ, ਗੁਰੂਆਂ ਦਾ ਵੀ ਗੁਰੂ ਅਕਾਲ ਪੁਰਖ ਹੈ, ਸਾਡਾ ਵੀ ਉਹੀ ਗੁਰੂ ਹੈ। ਅਤੇ ਦੂਸਰਾ ਅਰਥ ਇਸਦਾ ਹੈ, ਸੋਈ ਗੁਰੂ, ਗੁਰੂ ਦਾ ਅਰਥ ਹੁੰਦਾ ਵੱਡਾ, ਸ੍ਰੇਸ਼ਟ, ਸ਼੍ਰੋਮਣੀ, ਸਾਰਿਆਂ ਦਾ ਜੋ ਵੱਡਾ ਹੋਵੇ ਉਹਨੂੰ ਕਹਿੰਦੇ ਆ ਗੁਰੂ। ਗੁਰੂ ਪਦ ਦੇ ਬਹੁਤ ਅਰਥ ਹਨ। ਸੋਈ ਗੁਰੂ, ਉਹ ਸਾਰਿਆਂ ਤੋਂ ਵੱਡਾ ਹੈ। ਗੁਰਮੋਹੇ ਬਿਤਾਇਓ, ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਹੀ ਦੱਸਿਆ ਹੈ, ਮੇਰੇ ਗੁਰੂ ਨੇ, ਮੇਰੇ ਪਿਤਾ ਨੇ ਮੈਨੂੰ ਉਹ ਦੱਸਿਆ ਕਿ ਉਹ ਪਰਮੇਸ਼ਰ ਸਭ ਤੋਂ ਵੱਡਾ ਹੈ। ਉਹਨੂੰ ਛੱਡ ਕੇ ਟਾਹਣੀਆਂ ਪੱਤਿਆਂ ਦੀ ਪੂਜਾ ਨਾ ਕਰੋ, ਦੇਵੀ ਦੇਵਤਿਆਂ ਦੇ ਚੱਕਰ 'ਚ ਨਾ ਪਵੋ, ਇੱਕ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨਾਲ ਜੁੜ ਜਾਓ। ਸੋ ਖਾਲਸਾ ਜੀ, ਬਹੁਤ ਵੱਡੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਗੱਲ ਦੱਸੀ ਹੈ, ਪਰ ਸਾਡੀ ਪਹੁੰਚ ਜਿਹੜੀ ਹੈ ਨਾ ਉਹ ਬਹੁਤ ਵਿਸ਼ੇ ਵਿਕਾਰਾਂ 'ਚ ਅਤੇ ਪਦਾਰਥਾਂ 'ਚ ਫਸੀ ਹੋਣ ਕਰਕੇ ਸੁਰਤ ਉੱਧਰ ਜਾ ਨਹੀਂ ਰਹੀ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਉਹ ਜਿਹੜਾ ਸਾਰਿਆਂ ਤੋਂ ਵੱਡਾ ਸ਼੍ਰੋਮਣੀ ਗੁਰਬਾਣੀ 'ਚ ਦੱਸਿਆ ਪਰਮੇਸ਼ਰ, ਅਸੀਂ ਉਹਦੇ ਲੜ ਲੱਗ ਜਾਈਏ, ਉਹਦੇ ਸਰੂਪ ਦਾ ਬੋਧ ਹੋ ਜਾਵੇ, ਸਾਡਾ ਜਨਮ ਮਰਨ ਕੱਟਿਆ ਜਾਵੇ, ਸਾਡੀ ਚੁਰਾਸੀ ਕੱਟੀ ਜਾਵੇ। ਮੁੱਖ ਪ੍ਰਯੋਜਨ ਇਹ ਹੈ ਸਾਰਿਆਂ ਦਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਆਜ ਲੱਗੇ ਤਪ ਸਾਧਤ ਹੈ ਸ਼ਿਵ ਊ ਬ੍ਰਹਮਾ ਕਛ ਪਾਰ ਨਾ ਪਾਇਓ, ਬੇਦਕ ਤੇਵ ਨਾ ਭੇਦ ਲਖਿਓ ਜਿਹੇ, ਸੋਈ ਗੁਰੂ ਗੁਰ ਮੋਹੇ ਬਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।